ਸਤਿ ਸ੍ਰੀ ਅਕਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਗੱਲਬਾਤ ਕਿਸਾਨੀ ਅੰਦੋਲਨ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵਿਆਰ ਸਮਝਾਉਂਦਾ ਜਿਹਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਆ ਉਹ ਖਰਾਬ ਨਾ ਹੋਵੇ ਪੰਜਾਬ ਦੇ ਵਿੱਚ ਵਿਕਾਸ ਦੇ ਰਾਹ ਦੇ ਵਿੱਚ ਅੜਿੱਕਾ ਨਾ ਬਣਿਆ ਜਾਵੇ ਇਸ ਲਈ ਕਿਸਾਨਾਂ ਨੂੰ 100 ਤੋਂ ਉੱਪਰ ਜਿਹੜੇ ਥਾਵਾਂ ਤੇ ਕਿਸਾਨਾਂ ਨੇ ਆਪਣੇ ਧਰਨੇ ਲਾਏ ਹੋਏ ਨੇ ਉਹ ਹਟਾ ਲੈਣੇ ਚਾਹੀਦੇ ਨੇ ਕਾਫੀ ਚਰਚਾ ਇਹਨੂੰ ਲੈ ਕੇ ਸ਼ੁਰੂ ਹੋ ਗਈ ਆ ਉਧਰਲੇ ਪਾਸੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੇ ਕਿਹਾ ਸੀ ਕਿ ਕੋਈ ਵੀ ਸਿਆਸੀ ਪਾਰਟੀ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਨਾ ਛੇੜੇ ਬੀਜੇਪੀ ਦਾ ਤਾਂ ਮੁਕੰਮਲ ਵਿਰੋਧ ਹੈ ਤੇ ਬਾਕੀ ਪਾਰਟੀਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਉੱਥੇ ਸਵਾਲ ਇਹ ਵੀ ਖੜਾ ਹੋਇਆ ਕਿ ਕਿਸਾਨ ਆਗੂ ਜਿਹੜੇ ਨੇ ਉਹ ਯੂਪੀ ਨੂੰ ਲੈ ਕੇ ਇਸ ਤਰ੍ਹਾਂ ਦਾ ਐਲਾਨ ਕਿਉਂ ਨਹੀਂ ਕਰਦੇ ਤਾਂ ਉਹਦੇ ਉੱਤੇ ਵੀ ਉਹਨਾਂ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਹਾਲਾਂਕਿ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਭਾਰਤੀ ਕਿਸਾਨੀ ਨੂੰ ਨੇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਨੇ ਉਹ ਕੁਝ ਵੱਖਰਾ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਇਕੱਲਾ ਸਿਰਫ ਜਿਹੜਾ ਬੀਜੇਪੀ ਦਾ ਵਿਰੋਧ ਹੋਣਾ ਚਾਹੀਦਾ ਹੈ ਬਾਕੀ ਪਾਰਟੀਆਂ ਨੂੰ ਜਿਹੜਾ ਜਵਾਬਦੇਹ ਬਣਾਉਣਾ ਚਾਹੀਦਾ ਹੈ ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਨਾਲੋਂ ਨਾਲ ਡਿਜੀਟਲ ਖੇਤੀ ਦੀ ਵੀ ਜਿਹੜੀ ਗੱਲਬਾਤ ਹੁੰਦੀ ਹੈ ਕਿ ਪਰਦਾ ਲੈਣੀਆਂ ਜਿਹੜੀਆਂ ਸਰਕਾਰ ਵੱਲੋਂ ਕਿਉਂ ਨਹੀਂ ਉੱਥੇ ਜਮ੍ਹਾਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਪੰਜਾਬ ਸਰਕਾਰ ਦਾ ਰੋਲ ਕਿਦਾਂ ਦਾ ਹੋਣਾ ਚਾਹੀਦਾ ਕਾਫੀ ਚਰਚਾ ਚੱਲ ਰਹੀ ਹੈ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਬੜਾ ਸਾਹਿਬ ਕਿਦਾਂ ਦੇਖਦੇ ਹੋ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਕੈਪਟਨ ਸਾਹਿਬ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਮਤਲਬ ਪਿੱਛੇ ਹਟ ਜਾਣ ਦਿੱਲੀ ਤੇ ਹਰਿਆਣਾ ਦੇ ਵਿੱਚ ਫੋਕਸ ਰੱਖਣਾ ਵੈਸੇ ਤਾਂ ਜਿਹੜੇ ਕਿਸਾਨ ਆਗੂ ਨੇ ਬਤੀਜ ਜਥੇਬੰਦੀਆਂ ਦਾ ਹਿੱਸਾ ਨੇ ਉਹਨਾਂ ਦੇ ਕਿਸੇ ਦੇ ਕਾਫੀ ਵੋਕਲ ਆਗੂ ਨੇ ਬੜਾ ਖੁੱਲਕੇ ਬੋਲਦੇ ਨੇ ਭਾਵੇਂ ਉਹਨਾਂ ਦੇ ਕਈ ਬਈ ਬਿਆਨਾਂ ਨਾਲ ਸਹਿਮਤ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ ਤੇ ਮਨਜੀਤ ਸਿੰਘ ਰਾਏ ਉਹਨਾਂ ਨੇ ਕਾਫੀ ਸਪਸ਼ਟ ਕਰਿਆ ਅੱਜ ਕਿ ਵੀ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਕੋਈ ਐਸਾ ਬਿਆਨ ਨਹੀਂ ਹੈ ਜਿਹੜਾ ਉਹ ਕੋਈ ਜੀ ਦਾ ਕੋਈ ਤੱਥਾਂ ਦੇ ਉੱਤੇ ਆਧਾਰਿਤ ਹੋਵੇ ਉਹ ਕਿਵੇਂ ਪਹਿਲੀ ਗੱਲ ਦੋ ਗੱਲਾਂ ਕਹੀਆਂ ਨੇ ਜਿਵੇਂ ਤੁਸੀਂ ਕਹੇ ਕੈਪਟਨ ਸਾਹਿਬ ਨੇ ਕਿ ਜੀ ਇੱਕ ਤਾਂ ਵਿਕਾਸ ਰੁਕਦਾ ਹੈ ਇੱਕ ਇੱਥੇ ਸ਼ਾਂਤੀ ਰਹੇ ਮਾਹੌਲ ਚੰਗਾ ਰਹੇ ਪਹਿਲੀ ਗੱਲ ਕਿਸਾਨਾਂ ਦੇ ਧਰਨੇ ਨਾਲ ਕਿਤੇ ਵੀ ਮਾਹੌਲ ਨਹੀਂ ਵਿਗੜਿਆ ਹੋਇਆ ਜਿਹੜੇ ਟੋਲ ਪੜਾਜਾਂ ਦੇ ਉੱਤੇ ਜਾਂ ਪੈਟਰੋਲ ਪੰਪਾਂ ਦੇ ਉਹ ਵੀ ਜਿਹੜੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਆਪ ਚਲਾਉਂਦਾ ਜਿਹੜਾ ਜਿੱਤ ਸੀ ਕਿਤੇ ਉਹ ਨਹੀਂ ਉਹਨਾਂ ਨੇ ਉਹ ਖੜੀ ਕਰਤੀ ਸੀ ਤੇ ਜਿਹੜੇ ਇਹਨਾਂ ਦੇ ਸਾਈਲੋ ਨੇ ਜਾਂ ਬਣਾਵਾਲੀ ਦਾ ਪਲਾਂਟ ਹੈ ਉਹਨਾਂ ਦੇ ਉੱਤੇ ਬੈਠੇ ਨੇ ਕਿਸਾਨ ਤੇ ਉਹ ਅੱਜ ਨਹੀਂ ਕਿੰਨੀ ਦੇਰ ਤੋਂ ਬੈਠੇ ਨੇ ਭੋਰਾ ਕਿਤੇ ਰਸਤਾ ਨਹੀਂ ਰੁਕਿਆ ਹੋਇਆ ਤੁਸੀਂ ਚੱਲੇ ਜਾਓ ਚੰਡੀਗੜ੍ਹ ਤੋਂ ਚਦਪੁੱਤ ਸੀ ਅੰਮ੍ਰਿਤਸਰ ਪਹੁੰਚ ਜੋ ਤੁਹਾਨੂੰ ਕਿਤੇ ਸੜਕ ਰੁਕੀ ਹੋਈ ਨਹੀਂ ਲੱਗਦੀ ਸਭ ਟਰੱਕ ਬਸਾਂ ਟੈਂਪੂ ਜੋ ਵੀ ਹੈ ਉਹ ਸਭ ਜਾ ਰਹੇ ਨੇ ਤੇ ਉਹ ਵਕਾਫ ਕਿਵੇਂ ਰੁਕਿਆ ਵਕਾਫ ਤਾਂ ਰੁਕਦਾ ਹੁੰਦਾ ਹੈ ਜੇ ਭਾਈ ਤੁਹਾਡਾ ਸਮਾਨ ਟੋਟਾ ਹੋਈ ਬੰਦ ਹੋਵੇ ਰੇਲਾਂ ਚਲਦੀਆਂ ਨੇ ਬਸਾਂ ਚੱਲਦੀਆਂ ਨੇ ਟਰੱਕ ਚੱਲਦੇ ਨੇ ਵੱਡੇ ਟਰਾਲੇ ਚੱਲਦੇ ਨੇ ਬਿਜਲੀ ਚੱਲ ਰਹੀ ਐ ਤੁਹਾਡਾ ਪ੍ਰਸ਼ਾਸਨ ਚੱਲ ਰਿਹਾ ਹਾਂ ਇਹ ਜ਼ਰੂਰ ਐ ਵੀ ਪ੍ਰਸ਼ਾਸਨ ਤੁਹਾਡਾ ਕਿਉਂਕਿ ਬਿਲਕੁਲ ਹੀ ਜਿਹੜੇ ਪੱਡੇ ਗੇਰਸ ਪਿਆ ਹੋਇਆ ਤੇ ਇਸ ਕਰਕੇ ਉਹ ਉਹਦੇ ਨਾਲ ਤਾਂ ਫਿਰ ਸਲੋ ਤਾਂ ਰਹਿਣਾ ਹੀ ਐ ਇਹ ਵਿਕਾਸ ਨਹੀਂ ਹੋ ਰਿਹਾ ਔਰ 4.5 ਸਾਲ ਤੋਂ ਤਾਂ ਕੋਈ ਕਿਸਾਨਾਂ ਦੇ ਧਰਨੇ ਨਹੀਂ ਸੀਗੇ ਉਦੋਂ ਵਿਕਾਸ ਕਿੱਥੇ ਗਿਆ ਸੀ ਉਦੋਂ ਵਿਕਾਸ ਕਿਉਂ ਨਹੀਂ ਹੋਇਆ 10 ਦਿਨ ਵੀ ਭਾਈ ਉਦੋਂ ਤਾਂ ਵਿਕਾਸ ਐ ਇਸ ਕਰਕੇ ਸੋ ਵਿਕਾਸ ਦਾ ਨਾਮ ਲੈਣਾ ਆਪਣੇ ਆਪ ਕੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਅੱਜ ਹੱਸੋ ਹੀ ਨਹੀਂ ਗੱਲ ਹੋ ਗਈ ਹੈ ਤੇ ਜੇ ਛੋਟੇ-ਛੋਟੀਆਂ ਗੱਲਾਂ ਕਹੀਏ ਮੈਂ ਮੈਡੀਕਲ ਐਜੂਕੇਸ਼ਨ ਚ ਕਿਉਂਕਿ ਰਹਿਣ ਕਰਕੇ ਮੈਨੂੰ ਪਤਾ ਹੈ ਹਰਿਆਣੇ ਨੇ 5 ਮੈਡੀਕਲ ਕਾਲਜ ਸਰਕਾਰੀ ਖੋਲੇ ਹਿਮਾਚਲ ਨੇ 6 5 6 ਖੋਲ ਤੇ ਤੇ ਪੰਜਾਬ ਨੇ ਤਾਂ ਕੋਈ ਵੀ ਨਹੀਂ ਖੋਲਿਆ ਆ ਮਹਾਲੀ ਵਾਲੇ ਦਾ ਮੈਨੂੰ ਕੱਲ ਹੀ ਪਤਾ ਲੱਗਿਆ ਹੈ ਵੀ ਜਿਹੜਾ ਸਮਾਨ ਪੀਜੀਆਈ ਨੇ ਮਨ ਲੋ ਚੌਥੇ ਸੇ ਰੇਟ ਜਾਂਦੇ ਰੇਟ ਤੇ ਖਰੀਦਾ ਹੈ ਉਹ ਦੂਗਨੇ ਰੇਟ ਤੇ ਖਰੀਦਾ ਜਾ ਰਿਹਾ ਹੈ ਇਹਨਾਂ ਨੂੰ ਪੁੱਛੋ ਕਰਾ ਰਹੇ ਨੇ ਇਨਕੁਆਰੀ ਕਿਉਂ ਨਹੀਂ ਇਨਕੁਆਰੀ ਕਰਾਉਂਦੇ ਵਿਕਾਸਤਾ ਵਿਕਾਸਤਾ ਭ੍ਰਿਸ਼ਟਾਚਾਰ ਰੁਕਣ ਨਾਲ ਹੋਊਗਾ ਨਾ ਹਟੂਗਾ ਵਿਕਾਸ ਹੋਣ ਦੇ ਵਾਸਤੇ ਸਭ ਤੋਂ ਪਹਿਲਾਂ ਦੋ ਕੰਮ ਨੇ ਇੱਕ ਭ੍ਰਿਸ਼ਟਾਚਾਰ ਰੁਕੇ ਦੂਜੀ ਗੱਲ ਦਫ਼ਤਰਾਂ 'ਚ ਕੰਮ ਤੇਜ਼ੀ ਨਾਲ ਹੋਵੇ ਉਦੋਂ ਤੱਕ ਕਿਸਾਨਾਂ ਦਾ ਕੋਈ ਰੋਲ ਹੀ ਨਹੀਂ ਕਿਸਾਨ ਤਾਂ ਕਿਸੇ ਦਫ਼ਤਰ ਨੂੰ ਨਹੀਂ ਜਾ ਕੇ ਰੋਕਦੇ ਕੰਮ ਕਰਨੋਂ ਕਿਸਾਨ ਕਿਸੇ ਦਫ਼ਤਰ ਨੂੰ ਨਹੀਂ ਕਹਿੰਦੇ ਭ੍ਰਿਸ਼ਟਾਚਾਰ ਕਰੋ ਕਿਸਾਨ ਬਲਕਿ ਕਿਸਾਨਾਂ ਦੇ ਧਰਮ ਨਾਲ ਤਾਂ ਜਿਹੜੇ ਉਹ ਬਜਰੀ ਦੇ ਟਰਾਡੇ ਜਾ ਰਹੇ ਨੇ ਰੇਤ ਦੇ ਬਜਰੀ ਦੇ ਜਿਨ੍ਹਾਂ ਦੇ ਬਾਰੇ ਕੋ ਲੋਕ ਕਹਿੰਦੇ ਨੇ ਮਾਫੀਆ ਹੈ ਉਹ ਤਾਂ ਸਟਾਟ ਨੇ ਉਹ ਵੀ ਨਹੀਂ ਰੋਕ ਰਹੇ ਜੇ ਨੂੰ ਵਿਕਾਸ ਸਮਝਦੇ ਨੇ ਵੀ ਉਹ ਟਰਾਡੇ ਜਾਣਾ ਵਿਕਾਸ ਹੈ ਜੇ ਸ਼ਰਾਬ बिकਨੀ ਵਿਕਾਸ ਹੱਤ ਕਿਸਾਨਾਂ ਨੇ ਤਾਂ ਕਿਤੇ ਸ਼ਰਾਬ बिकਨੀ ਬੰਦ ਨਹੀਂ ਕਰੀ ਸੋ ਇਸ ਕਰਕੇ ਜੇ ਇਹ ਕਹਿੰਦੇ ਨੇ ਵਿਕਾਸ ਦੀ ਗੱਲ ਕਿ ਕਿਹੜਾ ਹਿੱਸਾ ਵਿਕਾਸ ਦਾ ਜਿਹੜਾ ਰੁਕਿਆ ਇਹਨਾਂ ਦੀ ਆਪਦੀ ਸਰਕਾਰ ਨੇ ਸਕੂਲ ਬੰਦ ਕਰਕੇ ਰੱਖੇ ਸੀ ਉਹ ਸਰਕਾਰ ਨੇ ਕਦੇ ਸੀ ਕਿਸਾਨਾਂ ਨੇ ਤਾਂ ਕੋਈ ਸਕੂਲ ਨਹੀਂ ਬੰਦ ਕਰਿਆ ਜਾਦ ਕਰੋਨਾ ਨਹੀਂ ਵੀ ਸੀ ਉਦੋਂ ਵੀ ਵਿਚ ਵਿਚਾਲਾ ਨਾ ਉਹਦੀ ਚਿਹੜੀ ਕਰੀ ਹੁਣ ਤੱਕ ਇਹਨਾਂ ਦੇ ਅਮਲੇ ਨੇ ਟੀਕੇ ਨਹੀਂ ਲਗਵਾਏ ਤੇ ਜੇ ਟੀਕੇ ਨਹੀਂ ਲਗਵਾਇ ਕਿਸਾਨਾਂ ਦੇ ਕੋਈ ਅਸੀਂ ਵੀ ਟੀਕੇ ਨਾ ਲਗਵਾਓ ਆਪਾਂ ਦੇਖੀਏ ਹੁਣ ਇਹਨਾਂ ਨੇ ਬਿਆਨ ਕਰਤਾ ਵੀ ਜਿਹਨਾਂ ਨੇ ਟੀਕੇ ਨਹੀਂ ਲਗਵਾਏ ਉਹ ਫਿਰ ਆ ਨਹੀਂ ਸਕਣਗੇ ਆ ਨਹੀਂ ਸਕਣਗੇ ਕੀ ਉਹ ਆਪਦੀ ਛੁੱਟੀ ਲੈਣਗੇ ਜਾਂ ਸਰਕਾਰ ਵਿਦਾਊਟ ਪੇ ਛੁੱਟੀ ਦੇਣਗੇ ਇਹਦੀ ਕੋਈ ਗਾਰੰਟੀ ਨਹੀਂ ਹੈ ਸੋ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਵੀ ਵਿਕਾਸ ਰੁਕਦਾ ਹੈ ਇਹ 10 ਦਿਨ ਪੋਸਟਾਂ ਖਾੜੀ ਪਰੰਤੋਂ ਇੰਨੀ ਦੇਰ ਤੋਂ ਰੁਕੀਆਂ ਹੋਈ ਸੀ ਕਿਸਾਨਾਂ ਨੇ ਕਿਹਾ ਜੀ ਪੋਸਟ ਪਰ ਨਹੀਂ ਰੋਕੀ ਹੈ ਜੇ ਹੁਣ ਪਟਵਾਰੀਆਂ ਦੀ ਭਰਤੀ ਜਿਹੜੀ ਕਿਸਾਨਾਂ ਨਾਲ ਸਿੱਧੀ ਸੰਬੰਧਤ ਹੈ ਪਟਵਾਰੀਆਂ ਦੀ ਭਰਤੀ ਦਾ ਇਮਤਿਹਾਨ ਲੈਣ ਤੋਂ ਬਾਅਦ ਰਿਜ਼ਲਟ ਨਿਕਲਣ ਤੋਂ ਪਹਿਲਾਂ ਕਹਤਾ ਵੀ ਅਸੀਂ 25000 ਰੁਪਏ ਦੇ ਉੱਤੇ 16-1700 ਪਟਵਾਰੀ ਅਸੀਂ ਠੀਕੇ 'ਚ ਭਰਤੀ ਕਰਾਂਗੇ ਉਹ ਕਿਸਾਨਾਂ ਨੇ ਕਿਹਾ ਸੀ ਸੋ ਇਹ ਜਿਹੜਾ ਵਿਕਾਸ ਦਾ ਬਹਾਨਾ ਲਾਉਣਾ ਹੈ ਕਿਸਾਨਾਂ ਨੇ ਕਿਹਾ ਸੀ ਵੀ ਬਿਊਰੋਕ੍ਰੇਟ ਸਰਕਾਰ ਚ ਚਲਾਏਗਾ ਤੇ ਸਿਆਸਤਦਾਨ ਸਰਕਾਰ ਨਹੀਂ ਚਲਾਉਣਗੇ ਕਿਸਾਨਾਂ ਨੇ ਕਿਹਾ ਸੀ ਸੋ ਵਿਕਾਸ ਦਾ ਜਿਹੜਾ ਨਾਮ ਦੇਣਾ ਹੈ ਦੂਜੀ ਗੱਲ ਦਾ ਜਿਹੜੀ ਹੈ ਅਸ਼ਾਂਤੀ ਕਿਸਾਨਾਂ ਨੇ ਕਿਹੜੀ ਸ਼ਾਂਤੀ ਫਰਾਈਏ ਦੱਸਣ ਕਿੱਥੇ ਕੁੱਟਮਾਰ ਹੋਈ ਹੈ ਕਿੱਥੇ ਕੁਛ ਕਰਿਆ ਜੇ ਬਠਿੰਡੇ ਦੇ ਚਾਚੇ ਇਹਨਾਂ ਦੀ ਪੁਲਿਸ ਨੇ ਕੁੱਟਮਾਰ ਕਰੀਆ ਉਹ ਤਾਂ ਦੂਰ ਖੜੇ ਨਾਰੇ ਲਾ ਰਹੇ ਸੀ ਦੂਰ ਖੜ ਕੇ ਨਾਰੇ ਲਾਉਣਾ ਵੀ ਜੇ ਗੁਨਾਹ ਹੈ ਫੇਟਾ ਫੇਟਾ ਮੋਦੀ ਸਾਹਿਬ ਤੇ ਇਦੋਂ ਵੀ ਵੱਡੀ ਡਾਂਗ ਫੇਰ ਸਕਦੇ ਨੇ ਫੇਟਾ ਮੋਦੀ ਸਾਹਿਬ ਨੂੰ ਦੱਸ ਰਹੇ ਨੇ ਆਪ ਦਾ ਕਹਿ ਕੇ ਵੀ ਤੁਸੀਂ ਇਹਨਾਂ ਤੇ ਉੱਥੇ ਕਿਸਾਨਾਂ ਤੇ ਡਾਂਗ ਫੇਰੋ ਅਸੀਂ ਸਾਰੇ ਇਕੱਠੇ ਕਰਕੇ ਉੱਥੇ ਭੇਜ ਦਾਂ ਫੇਟਾ ਇਹਦਾ ਮਤਲਬ ਇਹ ਹੈ ਜੇ ਇਹ ਜਿਹੜਾ ਨਾ ਇਹੋ ਜਿਹੇ ਬਿਆਨ ਦੇਣੇ ਹੁੰਦੇ ਨੇ ਉਹ ਸੋਚ ਕੇ ਬੰਦੇ ਨੂੰ ਦੇਣੇ ਚਾਹੀਦੇ ਨੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਤੇ ਵੀ ਕਿਤੇ ਵੀ ਕਿਸਾਨਾਂ ਨੇ ਸ਼ਾਂਤੀ ਨਹੀਂ ਮੈਂ ਬਲਕਿ ਇੱਕ ਰੈਲੀ ਸੁਣ ਰਿਹਾ ਸੀ ਇੱਕ ਪੋਲੀਟੀਕਲ ਪਾਰਟੀ ਦੀ ਉਹਦੇ ਉਹ ਜਿਹੜਾ ਬੜਾਰਾ ਸੀ ਉਹ ਕਹੇ ਉਹ ਖੜੇ ਜਿਹੜੇ ਨਾਰਾ ਗਾਉਂਦੇ ਨੇ ਐਵੇਂ ਕਹਿੰਦਾ ਕਿ ਇਹ ਕਿਹੜਾ ਹੋਇਆ ਅਸੀਂ ਜੇ ਤੁਹਾਨੂੰ ਹੁਕਮ ਕਰ ਜਾਈਏ ਤੁਸੀਂ ਉਹਨਾਂ ਦੇ ਸਿਰ ਭੰਦੋਗੇ ਪਰ ਅਸੀਂ ਹੁਕਮ ਕਰਨ ਹੀ ਰਹੇ ਹੁਣ ਜਦੋਂ ਇਹ ਕਹਿੰਦਾ ਵੀ ਜੇ ਹੁਕਮ ਕਰ ਜੇ ਸਿਰਫ ਹੰਦੋਂਗੇ ਪਰ ਅਸੀਂ ਕਰ ਨਹੀਂ ਰਹੇ ਤਾਂ ਮਤਲਬ ਇਹੀ ਹੈ ਵੀ ਸਾਡੇ ਹੁਕਮ ਤੋਂ ਬਿਨਾਂ ਹੀ ਭੰਦੋ ਇਹਦਾ ਮਤਲਬ ਇਹ ਹੁੰਦਾ ਏ ਧੀਏ ਨਹੀਂ ਤੂੰ ਗੱਲ ਕਰ ਤੇ ਨੂੰਹੇ ਨਹੀਂ ਤੂੰ ਕੰਨ ਕਰ ਜੇ ਰਾਡੀਆਂ ਦੇ ਵਿੱਚ ਪ੍ਰੋਟੈਸਟ ਕਰਨਾ ਜੇ ਜੇ ਕੋਈ ਪਾਰਟੀਆਂ ਰਾਡੀਆਂ ਕਰਦੀਆਂ ਨੇ ਉਗਰਾਹਾਂ ਸਾਹਿਬ ਨੇ ਸਪਸ਼ਟ ਕਿਹਾ ਔਰ ਮੈਨੂੰ ਉਹ ਗੱਲ ਵੀ ਠੀਕ ਜੱਚਦੀ ਹੈ ਕਿ ਵੀ ਅਸੀਂ ਭਾਜੀਪੀ ਦਾ ਵਿਰੋਧ ਕਰਦੇ ਆ ਅਸੀਂ ਬਾਕੀਆਂ ਨੂੰ ਨਹੀਂ ਰੋਕਦੇ ਸੰਯੁਕਤ ਕਿਸਾਨ ਮੋਰਚੇ ਨੇ ਰੋਕਿਆ ਉਹ ਜਾਣੇ ਦੋਨਾਂ ਤਰ੍ਹਾਂ ਨੂੰ ਬੈਨੇ ਸਟੈਂਡ ਲੈਣਾ ਪਏਗਾ ਜੇ ਤਾਂ ਕਿਸੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ ਜਾਂ ਉਹਨਾਂ ਦਾ ਕੈਡਰ ਨੇ ਉਹ ਉਤਕਾਰੀਆਂ ਝੰਡੀਆਂ ਦੂਰ ਖੜਕੇ ਦਿਖਾਉਂਦੇ ਨੇ ਜਾਂ ਨਾਰੇ ਲਾਉਂਦੇ ਨੇ ਜੇ ਤਾਂ ਉਹਨਾਂ ਦੇ ਸਿਰ ਪੰਨਣ ਨੂੰ ਕਿਹਾ ਜਾਣਾ ਹੈ ਪੋਲੀਟੀਕਲ ਪਾਰਟੀਆਂ ਵੱਲੋਂ ਤਾਂ ਤਾਂ ਸ਼ਾਂਤੀ ਪੋਲੀਟੀਕਲ ਪਾਰਟੀਆਂ ਫੜਾਉਂਦੀਆਂ ਨੇ ਫਿਰ ਤਾਂ ਉਹ ਫਿਰ ਰੈਲੀਆਂ ਬੈਨ ਕਰਾਉਣ ਦੀ ਗੱਲ ਕਰਨਗੇ ਇਹਨਾਂ ਦੀ ਤਾਂ ਗੱਲ ਛੱਡੋ ਇਹ ਤਾਂ ਵਿਰੋਧੀ ਪਾਰਟੀਆਂ ਨੇ ਆ ਖੱਟੜ ਸਾਹਿਬ ਨੂੰ ਨਹੀਂ ਝੁਕਣਾ ਪਿਆ ਉੱਥੇ ਇੱਕ ਸਿਰ ਪਾੜਨ ਦੀ ਗੱਲ ਕਹਿ ਕੇ ਕਰਨਾਲ ਦੇ ਵਿੱਚ ਫਿਰ ਇਹ ਪਰੇਖਾ ਕਿਉਂਕਿ ਅਜੇ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਪਰੇਖਾ ਹੈ ਵੀ ਅਸੀਂ ਅਸਲੀ ਤਾਕਤਾਂ ਲੋਕ ਇਹ ਬਹੁਤ ਕਹੇਖਾ ਇਹਨਾਂ ਨੂੰ ਮੋਗੇ ਚ ਕੁੱਟ ਕੇ ਇਹਨਾਂ ਨੇ ਲਾੜਿਆ ਨਾ ਜੋਰ ਮੋਗੇ ਚ ਮੋਗੇ ਚ ਤਾਂ ਕਾਂਗਰਸੀਆਂ ਨੇ ਕਟਵਾਇਆ ਹੈ ਕਾਂਗਰਸ ਦੀ ਸਰਕਾਰ ਹੈ ਕਿਉਂਕਿ ਸਰਕਾਰ ਨੇ ਕਟਵਾਇਆ ਤੇ ਸੁਖੀਰਵਾਰਾ ਹੋਰ ਉਹਨਾਂ ਦੀ ਗੱਡੀ ਸੀ ਉੱਥੇ ਤਾਂ ਸਪਸ਼ਟ ਹੋ ਗਿਆ ਨਾ ਵੀ ਦੋਹਾਂ ਦਾ ਆਪ ਦੀ ਸਲਾਹ ਨਾਲ ਹੀ ਕਟਿਆ ਗਿਆ ਕਿਸਮ ਦਾ ਤੇ ਫੇਰ ਕੀ ਕਰਦੇ ਫੇਰ ਕੀ ਹੋਇਆ ਹੋਰ ਕੁੱਟ ਲੈਣਗੇ ਕਿਸਾਨ ਜਦ ਇਹ ਇਸ ਗੱਲ ਦੇ ਉੱਤੇ ਉਹਨੂੰ ਪਤਾ ਲੱਗ ਵੀ ਮੈਂ ਤਾਂ ਮਰ ਰਿਹਾ ਜਿੱਦੇ ਪਿਛਲੇ 4 ਸਾਲਾਂ ਚ ਪਿਛਲੇ 4 ਸਾਲਾਂ ਚ ਪੰਜਾਬ ਦੇ ਵਿੱਚ ਜਿਹੜਾ ਝੋਨਾ 4800 46 ਕਿਲੋ ਪਰ ਹਕਟੇਰ ਹੁੰਦਾ ਸੀ ਉਹ 4000 ਤੇ 36 ਕੇ 35 ਕਿਲੋ ਰਹਿ ਗਿਆ ਨਾ 4005 6 ਸੱਚੋਂ ਤੇ ਜਿਹੜਾ ਕਨਕ ਸੀ ਉਹ ਵੀ ਪਰਕਟੋ ਜਿਹੜੀ ਪਰ ਹਕਟੇਰ ਸੀ ਉਹ ਵੀ ਤਕਰੀਬਨ 30 35 ਕਿਲੋ ਘਟ ਗਈ ਹੈ ਤੇ ਜਿਹੜਾ ਟੋਟਲ ਝਾੜ ਹੈ ਕਨਕ ਦਾ ਉਪਜ ਜਿਹੜੀ ਹੈ ਉਤਪਾਦਨ ਹੁੰਦਾ ਉਹ ਵੀ ਘਟ ਗਿਆ ਝੋਨੇ ਦੇ ਥੱਦੇ ਹਾਲਾਂਕਿ 93000 ਹਕਟੇਰ ਰਕਮਾ ਵਧ ਗਿਆ ਤਾ ਬਿਚੋ ਨਾ ਦਾ ਜਿਹੜਾ ਵਧਿਆ ਉਹ ਸਿਰਫ 39000 ਮੀਟਰ ਕਿਟਾ ਨਹੀਂ ਵਧਿਆ ਉਹਦੀ ਉਤਪਾਦਨ ਸੋ ਕਿਸਾਨੀ ਦਾ ਤਾਂ ਬੁਰਾ ਹੈ ਨਹਿਰਾ ਇਹ ਕਹਿੰਦੇ ਨੇ ਜੀ ਬਿਜਲੀ ਅਸੀਂ ਸਸਤੀ ਦਿੰਦੇ ਆ ਮੁਫਤ ਦਿੰਦੇ ਆ ਤਾਂ ਕਿਸਾਨ ਮਿਸਯੂਜ਼ ਕਰਦਾ ਹੈ ਕਿਸਾਨਾਂ ਨੇ ਤਾਂ ਪਿੱਛੇ ਸਮੇਂ ਹਾਲਾਂਕਿ ਟਿਊਬਵਲਾਂ ਦੀ ਗਿਣਤੀ ਵਧੀ ਹੈ ਪਰ ਇਹਨਾਂ ਦੇ ਅਪਡੇ ਸਰਕਾਰ ਦੇ ਅੰਕੜੇ ਕਹਿੰਦੇ ਨੇ ਕਿ ਟਿਊਬ ਇਹਨਾਂ ਦੀ ਬਜਾਏ ਨਹਿਰਾ ਨਾਲ ਹੀ ਸਿੰਚਾਈ ਵਧੀ ਹੈ ਜੇ ਨਹਿਰਾ ਦਾ ਪ੍ਰਬੰਧ ਠੀਕ ਕਰਦੇਨ ਤੇ ਲੋਕ ਕਿਉਂ ਟਿਊਬਵਲ ਤੇ ਜਾਣ ਟਿਊਬਵਲ ਡਾਉਣ ਕਿ ਮੁਫਤ ਬਿਜਲੀ ਤੋਂ ਉਹਨਾਂ ਨੇ ਲੈਣਾ ਕੀ ਹੈ ਮੁਫਤ ਬੀਜ ਲਈ ਉਹਨਾਂ ਨੂੰ ਕੀ ਕਰੂਗੀ ਜਦੋਂ ਬੋ ਡੂੰਗੇ ਹੋਈ ਜਾਂਦੇ ਨੇ ਬੁਰਾ ਹਾਲ ਉਹਨਾਂ ਦਾ ਹੋ ਰਿਹਾ ਐ ਐਮ ਐਸ ਪੀ ਤੇ ਬੋਲੀ ਨਹੀਂ ਹੈਗੇ ਐ ਐਮ ਐਸ ਪੀ ਜਿਹੜੇ ਤੇੜੀ ਬੀਜ ਨੇ ਤੇੜੀ ਬੀਜ ਬਾਹਰੋਂ ਮੰਗਵਾਏ ਜਾ ਰਹੇ ਨੇ 2/3 ਅਮਾਉਂਟ ਚ ਝੜਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰੋਂ ਮਾਤਰਾ ਦੇ ਵਿੱਚ ਬਾਹਰੋਂ ਮੰਗਾਈਆਂ ਜਾਂਦੇ ਨੇ ਉੱਥੇ ਫੋਰਨ ਐਕਸਚੇਂਜ ਖਰਚ ਹੋ ਰਹੀ ਐ ਉੱਥੇ ਤਾਂ ਇਹ ਪੰਜਾਬ ਸਰਕਾਰ ਬੋਲੀ ਨਹੀਂ ਵੀ ਭਾਈਆਂ ਕਿਉਂ ਕਰਜੋ ਫਿਰ ਅਗਲੀ ਗੱਲ ਕਿਸਾਨਾਂ ਦੇ ਹਤਾਇਸ਼ੀ ਕਹਿੰਦੇ ਨੇ ਕਿਸਾਨਾਂ ਦੇ ਹਤਾਇਸ਼ੀ ਆ ਮੇਰੇ ਕੋਲ ਸਬੂਤਾਂ ਪਿਆ ਇਹਦਾ 245 ਆਰਟੀਕਲ ਪੜ ਲੈਣ ਜੀਚੇ ਲਿਖਿਆ ਹੈ ਵੀ ਇਸ ਸੰਵਿਧਾਨ ਦੇ ਮੁਤਾਬਕ ਜਿਹੜੇ ਕਾਨੂੰਨ ਨੇ ਉਹ ਬਣਾਉਣ ਦਾ ਅਧਿਕਾਰ ਹੈ ਜੀ ਇਹਦਾ ਮਤਲਬ ਸੰਵਿਧਾਨ ਤੋਂ ਬਾਹਰ ਜਾ ਕੇ ਕਾਨੂੰਨ ਬਣਾਉਣ ਦਾ ਅਧਿਕਾਰ ਨਾ ਪਾਰਲੀਮੈਂਟ ਨੂੰ ਆ ਨਾ ਵਿਧਾਨ ਸਭਾ ਨੂੰ ਆ ਪਾਰਲੀਮੈਂਟ ਨੇ ਬਾਹਰ ਜਾ ਕੇ ਬਣਾਤੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਨਹੀਂ ਕਰਿਆ ਉਹ ਫਿਰ ਜਿਹੜਾ ਇਹਨਾਂ ਨੇ ਉਹਦੇ ਚ ਐਮੈਂਡਮੈਂਟਾਂ ਕਰੀਆਂ ਉਸ ਕਾਨੂੰਨ ਚ ਐਮੈਂਡਮੈਂਟਾਂ ਨਹੀਂ ਕਰ ਸਕਦੇ ਸੀ ਇਹ ਆਪ ਦਾ ਪੈਰਨਲ ਕਾਨੂੰਨ ਨੇ ਹੁੰਦੇ ਵੀ ਉਹਦੀਆਂ ਆ ਧਾਰਾ ਨੇ ਜਿਹੜੀਆਂ ਉਹ ਸਾਡੇ 'ਤੇ ਲਾਗੂ ਨਹੀਂ ਹੋਣਗੇ ਇਹਨਾਂ ਨੂੰ ਅਧਿਕਾਰ ਹੈਗਾ ਆਰਟੀਕਲ 251 ਦੇ ਅੰਦਰ ਇਹ ਅਧਿਕਾਰ ਹੈ ਪਰ ਇਹ ਅਧਿਕਾਰ ਕਿਸ ਗੱਲ 'ਤੇ ਹੈ ਜਿਹੜੀ ਗੱਲ ਉਹਨਾਂ ਨੇ ਨਹੀਂ ਕਹੀ ਜਿਹੜੀ ਉਹਨਾਂ ਨੇ ਰੋਕਤੀ ਜਿਵੇਂ ਉਹਨਾਂ ਨੇ ਕਹਿਤਾ ਵੀ ਟੈਕਸ ਨਹੀਂ ਲੱਗੇਗਾ ਉਸ ਦੇ ਉੱਤੇ ਪ੍ਰੋਡਿਊਸ ਦੇ ਉੱਤੇ ਇਹ ਕਹੀ ਜਾਣ ਵੀ ਅਸੀਂ ਤਾਂ ਟੈਕਸ ਲਾਵਾਂਗੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਟੈਕਸ ਲਾ ਹੀ ਨਹੀਂ ਸਕਦੇ ਜੋਰ ਲਾ ਲੈਣ ਚਾਏ ਹੈ ਫੇਰ ਤਾਂ ਇਹੀ ਹੈ ਫੇਰ ਤਾਂ ਡਾਂ ਖੜਕੇਗੀ ਸੋ ਜਿਹੜੀ ਗੱਲ ਇਹ ਕਰ ਸਕਦੇ ਸੀ ਉਹਨਾਂ ਨੇ ਕਹਿਤਾ ਵੀ ਹਰ ਜਿਹੜਾ ਹੈਗਾ ਪੈਨ ਕਾਰਡ ਵਾਲਾ ਆ ਆ ਆਰਟੀਓ ਉਹ ਖਰੀਦਦਾਰ ਬਣ ਜਾਏਗਾ ਇਹ ਕਹਿੰਦੇ ਜੀ ਉਹ ਸਾਡੇ ਕੋਲ ਰਜਿਸਟਰ ਕਰਾਏਗਾ ਤਾਂ ਬਣੇਗਾ ਖਰੀਦਦਾਰ ਬਿਲਕੁਲ ਔਖਾ ਕੰਮ ਨਹੀਂ ਇਹ ਉਹਦੇ 251 ਆਰਟੀਕਲ ਇਹਨਾਂ ਨੂੰ ਪਾਵਰ ਦਿੰਦਾ ਸੀ ਇਹਨਾਂ ਨੇ ਜਿਹੜੀ ਗਲਤ ਕਰਨ ਵਾਲੀ ਸੀ ਉਹਨਾਂ ਨੇ ਕਹਤਾ ਐਸਡੀਐਮ ਤੱਕ ਜਾਏਗਾ ਇਹ ਕਹਿੰਦੇ ਜੀ ਐਸਡੀਐਮ ਤੋਂ ਅੱਗੇ ਜਿਹੜਾ ਜੁਡੀਸ਼ੀਅਲ ਕੋਰਟ 'ਚ ਵੀ ਜਾਏਗਾ ਜਦੋਂ ਉਹ ਪਾਸਾ ਖਤਮ ਹੋ ਜਾਏਗਾ ਐਸਡੀਐਮ ਦਾ ਡੀਸੀ ਵਾਲਾ ਉਹ ਤੋਂ ਬਾਅਦ ਫਾਈਨਲ ਅਪੀਲ ਜਿਹੜੀ ਆ ਉਹ ਜੁਡੀਸ਼ੀਅਲ ਕੋਰਟ 'ਚ ਕਰ ਸਕੇਗਾ ਇਹ ਇਹ ਕਰ ਸਕਦੇ ਸੀ ਇਹ ਉਹ ਸਾਡਾ ਸੰਧਾਨ ਰੈਚੀ ਲਾਅ ਕਰਦਾ ਵੀ ਜੁਡੀਸ਼ੀਅਲ ਕੋਰਟ ਨੂੰ ਦੇ ਵਿੱਚਾਂ ਸੋ ਇਹ ਜਿਹੜੇ ਇਹਨਾਂ ਨੇ ਕਰਨੇ ਸੀਗੇ ਜਿਹੜੀਆਂ ਗੱਲਾਂ ਇਦਾਂ ਹੀ ਪੇਮੈਂਟ ਦਾ ਇਦਾਂ ਹੀ ਇਲੈਕਟ੍ਰੋਨਿਕ ਟਰੇਡਿੰਗ ਦਾ ਜਿਹੜੀ ਜਿਹੜੀ ਗੱਲ ਵਿਚ ਵਿਚਾਲੇ ਛੱਡੀ ਹੋਈ ਸੀ ਇੱਕ ਅਸੀਂ ਕਹਿੰਦਾ ਗਰੇ ਏਰੀਆ ਯਾਨੀ ਕਿ ਉਹ ਸਪਸ਼ਟ ਨਹੀਂ ਕਰਿਆ ਹੁੰਦਾ ਕਾਨੂੰਨ 'ਚ ਜਿੱਥੇ ਸਪਸ਼ਟ ਨਾ ਕਰਿਆ ਹੋਵੇ ਸਾਂਝੀ ਸੂਚੀ ਦੇ ਕਾਨੂੰਨਾਂ ਦੇ ਵਿੱਚ ਸੂਬਾ ਉਹ ਬਣਾ ਸਕਦਾ ਹੁੰਦਾ ਇਹਨਾਂ ਨੇ ਉਹ ਵੀ ਨਹੀਂ ਬਣਾਇਆ ਸੋ ਜਦ ਤੁਸੀਂ ਜਿਹੜਾ ਕਾਨੂੰਨ ਬਣਾਇਆ ਗੈਰਕਾਨੂੰਨੀ ਕਿਵੇਂ ਹੈ 259 ਤੇ 250 ਆਰਟੀਕਲ 'ਚ ਕਾਨੂੰਨ ਕਿਵੇਂ ਬਣ ਸਕਦੇ ਨੇ ਜਿਹੜਾ ਸੂਬਿਆਂ ਦੀ ਅਧਿਕਾਰ ਹੈ ਉਹਨੂੰ ਕੇਂਦਰ ਬਣਾ ਸਕਦਾ ਹੈ ਪਾਰਲੀਮੈਂਟ ਬਣਾ ਸਕਦੀ ਹੈ ਪਰ ਕਦ ਬਣਾ ਸਕਦੀ ਹੈ 259 ਦੇ ਤਹਿਤ ਤਾਂ ਇਹ ਹੈ ਵੀ ਜੇ ਸੂਬੇ ਕਹਿਣ ਕਿ ਸਾਡੇ ਵਾਸਤੇ ਕਾਨੂੰਨ ਤੁਸੀਂ ਬਣਾ ਦਿਓ ਅਧਿਕਾਰ ਸਾਡਾ ਹੈ ਤਾਂ ਬਣਾ ਸਕਦੇ ਨੇ ਸੂਬਿਆਂ ਨੇ ਤਾਂ ਕਿਹਾ ਨਹੀਂ ਕੌਂਸਲਸ ਆਫ ਸਟੇਟਸ ਕੌਂਸਲਸ ਆਫ ਸਟੇਟਸ ਕੌਂਸਲ ਆਫ ਸਟੇਟ ਨਹੀਂ ਕੌਂਸਲਸ ਆਫ ਸਟੇਟਸ ਜੇ ਸੂਬੇ ਕਹਿਣਾ ਦੂਜੀ ਗੱਲ 250 ਦੇ ਵਿੱਚ ਅਧਿਕਾਰ ਤਾਂ ਹੈ ਜੇ ਐਮਰਜੈਂਸੀ ਲੱਗੀ ਹੋਵੇ ਐਮਰਜੈਂਸੀ ਲੱਗੀ ਕੋਈ ਨਹੀਂ ਐਮਰਜੈਂਸੀ ਬੱਗੀ ਕੋਈ ਨਹੀਂ ਸੂਬਿਆਂ ਨੇ ਕਿਹਾ ਕੋਈ ਨਹੀਂ ਇਸ ਕਰਕੇ ਇਹ ਕਾਨੂੰਨ ਜਿਹੜਾ ਹੈ ਗੈਰ ਸੰਦਾਨਕ ਹੈ। ਟੁਕੜਾ ਲੁਕਿਆ 50 ਦੇ ਅੰਦਰ ਹੀ ਕਾਨੂੰਨ ਬਣਾ ਸਕਦੇ ਸੀ ਜੇ ਸਾਂਝੀ ਸੂਚੀ ਦੀ ਗੱਲ ਨਹੀਂ ਕਰਦੇ ਇਹ ਕਈ ਇਹਨਾਂ ਦੇ ਬਲਾਰੇ ਕਹਿੰਦੇ ਨੇ ਕਿ ਜੀ ਸਾਂਝੀ ਸੂਚੀ ਦੀ ਨਹੀਂ ਅਸੀਂ ਗੱਲ ਕਰਦੇ ਕਿਉਂਕਿ ਸਾਂਝੀ ਸੂਚੀ ਤਾਂ ਰੋਕਿਆ ਗਿਆ ਹੈ ਸਪੈਸ਼ਲੀ ਰੋਕਿਆ ਗਿਆ ਹੈ ਉਹਦੇ ਵਿੱਚ 10 ਜਨ ਕਿੱਚੇ 245 ਆਰਟੀਕਲ ਕਹਿੰਦਾ ਵੀ ਜਿਹੜਾ ਵੀ ਕਾਨੂੰਨ ਇਸ ਸੰਵਿਧਾਨ ਦੇ ਮੁਤਾਬਕ ਨਹੀਂ ਹੈ ਉਹ ਕਾਨੂੰਨੀ ਨਹੀਂ ਹੈ। ਬਿਲਕੁਲ ਫਿਰ ਇਹ ਬੁੱਢੇ ਇਹ ਕਹਿ ਰਹੇ ਨੇ ਵੀ ਇਹ ਤਕਨੂਨ ਹੀ ਨਹੀਂ ਜਾਂ 245 ਦੇ ਅੰਡਰ ਇਹਨਾਂ ਨੇ ਅਸੈਂਬਲੀ ਸੈਸ਼ਨ ਕਰਿਆ ਇਹਨਾਂ ਕੋਲ ਐਡਵੋਕੇਟ ਵਕੀਲ ਨੇ ਐਡਾ ਐਡਾ ਇਹ ਪੁੱਛਦੇ ਜੀ ਇਹ 245 ਆਰਟੀਕਲ ਕੀ ਹੈ ਇਹਦੇ ਚ ਕਿਉਂ ਲਿਖਿਆ ਹੈ ਕਿ ਵੀ ਜੇ ਸੰਵਿਧਾਨ ਦੇ ਮੈਂ ਪੜ੍ਹ ਕੇ ਸੁਣਾ ਦਣਾ ਇੱਕ ਲਾਈਨ ਤਾਂ ਕਿ ਸਰੋਤਿਆਂ ਨੂੰ ਕਲੀਅਰ ਹੋ ਜੇ ਉਹਨਾਂ ਨੇ ਲਿਖਿਆ ਹੈ ਸਬਜੈਕਟ ਟੂ ਦੀ ਪ੍ਰੋਵੀਜ਼ਨਸ ਆਫ ਦਿਸ ਕਨਸਟੀਟਿਊਸ਼ਨ ਯਾਨੀ ਕਿ ਇਹ ਸੰਵਿਧਾਨ ਦੀਆਂ ਜੋ ਧਾਰਾਵਾਂ ਨੇ ਉਹਦੇ ਤਹਿਤ ਸਿਰਫ ਸਬਜੈਕਟੂ ਦਾ ਮਤਲਬ ਸਿਰਫ ਉਹ ਦਿੱਤਾ ਹੈ ਪਾਰਲੀਮੈਂਟ ਮੇਕ ਲਾਜ਼ ਫਾਰ ਦੀ ਹੋਲ ਆਰ ਐਨੀ ਪਾਰਟ ਆਫ ਦੀ ਟੈਰੀਟਰੀ ਆਫ ਇੰਡੀਆ ਐਂਡ ਦੀ ਲੈਜਿਸਲੇਚਰ ਆਫ ਅ ਸਟੇਟ ਮੇਕ ਲਾਜ਼ ਫਾਰ ਦੀ ਹੋਲ ਆਰ ਐ ਪਾਰਟ ਆਫ ਦੀ ਸਟੇਟ ਠੀਕ ਹੈ ਪਾਰਲੀਮੈਂਟ ਪੂਰੇ ਦੇਸ਼ ਵਾਸਤੇ ਕੋਈ ਕਨਨ ਦੇਸ਼ ਵਾਸਤੇ ਆਪਦੀ ਸੰ ਜਿਹੜੀ ਇੱਕ ਨੰਬਰ ਸੂਚੀ ਉਹ ਚ ਦੇਸ਼ ਦੇ ਵਾਸਤੇ ਕਾਨੂੰਨ ਬਣਨੇ ਨੇ ਸਾਂਝੀ ਸੂਚੀ ਚ ਵੀ ਦੇਸ਼ ਵਾਸਤੇ ਬਣ ਸਕਦੇ ਨੇ ਸਟੇਟ ਸਿਰਫ ਆਪਦੇ ਸਟੇਟ ਵਾਸਤੇ ਬਣਾ ਸਕਦੀ ਹੈ ਪਰ ਇਹ ਬਣਾਉ ਤਾਂ ਜੇ ਸੰਵਿਧਾਨ ਦੇ ਵਿੱਚ ਅਡਾਊਟ ਹੈ ਜਿਹੜਾ ਸੰਵਿਧਾਨ ਚ ਅਡਾਊਟ ਨਹੀਂ ਉਹ ਬਣਾਉਣਾ ਗਲਤ ਹੈ ਠੀਕ ਹੈ ਸੋ ਇਹਨਾਂ ਨੇ ਉਹ ਵੀ ਨਹੀਂ ਗੱਲ ਕਰੀ ਸੋ ਜਿਹੜਾ ਇਹ ਤਾਂ ਕੰਮ ਇਹਨਾਂ ਦਾ ਕਾਨੂੰਨੀ ਤਰੀਕੇ ਨਾਲ ਕਰਨ ਵਾਲਾ ਸੀ ਪ੍ਰਸ਼ਾਸਨਿਕ ਤਰੀਕੇ ਨਾਲ ਪ੍ਰਸ਼ਾਸਨ ਵਧੀਆ ਚੜਾ ਕੇ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣ ਦਾ ਸੀ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਦਾ ਸੀ ਜਿਹੜਾ ਖਜ਼ਾਨਾ ਇਹ ਰੋਜ਼ ਕਹੀ ਜਾਂਦੇ ਸੀ ਖਾਲੀ ਉਹਨੂੰ ਭਰਨ ਦਾ ਤੌਰ ਤਰੀਕਾ ਸੀ ਜਿਹੜਾ ਇਹ ਕਹਿੰਦੇ ਸੀ ਅਸੀਂ ਘਰ ਘਰ ਰੁਜ਼ਗਾਰ ਦੇਣਾ ਹੈ ਉਹ ਰੁਜ਼ਗਾਰ ਦੇ ਕੇ ਬੇਚੈਨੀ ਦੂਰ ਕਰਨ ਦਾ ਤਰੀਕਾ ਸੀ 56 ਲੱਖ ਲੋਕਾਂ ਨੂੰ ਉਹ ਤਾਂ ਇਹਨਾਂ ਨੇ ਕਰਿਆ ਨਹੀਂ ਹੁਣ ਉਹ ਕਿਸਾਨਾਂ ਦੇ ਜੁਨੇ ਝੂਲਾ ਪੰ ਰਹੇ ਨੇ ਨਾਚ ਨਾ ਜਾਣੇ ਅੰਗ ਟੇਡਾ ਦੀ ਗੱਲ ਹੈ ਕਿਸਾਨ ਕਿਹੜੀ ਅਸ਼ਾਂਤੀ ਫਲਾ ਰਹੇ ਨੇ ਦੱਸ ਦਿਨ ਇਹ ਰੋਜ਼ ਹੀ ਕਦੇ ਰਾਸ਼ਟਰਵਾਦ ਦਾ ਨਾਂ ਲੈ ਲਿਆ ਜੀ ਕਦੇ ਕੁਛ ਲੈ ਲਿਆ ਜੀ ਐਦਾਂ ਦੇਸ਼ ਨੂੰ ਉਲਟ ਪਾਸੇ ਚਲਾਉਣ ਦਾ ਫਾਇਦਾ ਨਹੀਂ ਹੁੰਦਾ ਇਹ ਵਕਤੀ ਤੌਰ ਤੇ ਜ਼ਰੂਰ ਇਹਨਾਂ ਨੂੰ ਲੱਗੂ ਵੀ ਮੈਂ ਤਾਂ ਬਹੁਤ ਕੁਝ ਕਰ ਲਿਆ ਹੈ ਇਹ ਵਕਤੀ ਤੌਰ ਤੇ ਆਪਦੀਆਂ ਅੰਦਰੂਨੀ ਵਿਰੋਧਤਾਈਆਂ ਆਪਦੀਆਂ ਦੂਜੀਆਂ ਪਾਰਟੀਆਂ ਨਾਲ ਵਿਰੋਧਤਾਈਆਂ ਆਪ ਦੀ ਚੌਧਰ ਇਹ ਸਾਰਾ ਕੁਝ ਕਰ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਐ ਇਹ ਕੇਂਦਰ ਦੇ ਨਾਲ ਘਾਟੀ ਵੀ ਪਾ ਸਕਦੇ ਨੇ ਝਾਟੀ ਵੀ ਪਾ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਐ ਪਰ ਇਹ ਦੇਸ਼ ਦੇ ਤੇ ਸੂਬੇ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਜਿਹੜਾ ਅਸਲੀ ਸ਼ਾਂਤੀ ਦਾ ਤਰੀਕਾ ਹੈ ਉਹ ਤਾਂ ਇਹ ਹੈ ਕਿ ਸੂਬੇ ਦੇ ਸਾਰੇ ਅਧਿਕਾਰ ਖੋਲੇ ਕੇਂਦਰ ਨੇ ਔਰ ਕਈ ਜਿਹੜੀ ਇਹਨਾਂ ਦੀ ਸਹਿਮਤੀ ਨਾਲ ਕੋਈ ਨਹੀਂ ਉਹਦੇ ਉੱਤੇ ਹੁਣ ਰੌਲਾ ਪਾ ਲੈਣ ਕਿ ਜੀ ਉਦੋਂ ਅਸੀਂ ਸਹਿਮਤੀ ਦਿੱਤੀ ਸੀ ਤੁਸੀਂ ਤਾਂ ਸ਼ਰਤਾਂ ਹੀ ਨਹੀਂ ਪੂਰੀਆਂ ਕਰੀਆਂ ਅਸੀਂ ਉਹ ਸਹਿਮਤੀ ਆਪਦੀ ਵਾਪਸ ਲੈ ਲਏ ਕਿਉਂ ਨਹੀਂ ਲਈ ਸਹਿਮਤੀ ਵਾਪਸ ਕਿਉਂ ਜਦਤੀ ਸਹਿਮਤੀ GST ਦੇ ਰਾਹੀਂ ਪੈਸਾ ਮਿਲਿਆ ਨਹੀਂ ਉਹਦੀ ਕਿਉਂ ਨਾ ਕਹਤਾ ਵੀ ਚੰਗਾ ਜੀ ਫਿਰ GST ਬੰਦ ਕਰੋ ਅੱਗੇ ਤਾਂ ਜਿਹੜਾ ਨਹੀਂ ਦਿੱਤਾ ਨਾ ਸੀ ਅੱਗੇ ਆਮ ਤੌਰ ਤੇ ਤੁਸੀਂ ਕਿਸੇ ਤੋਂ ਪੈਸੇ ਲੈਣੇ ਦੇਣੇ ਹੁਣ ਜੇ ਉਹ ਮੁੱਕਰ ਜੇ ਤੁਸੀਂ ਕਹੋ ਉਹਨਾਂ ਯਾਰ ਇਹਦਾ ਤਾਂ ਬਾਅਦ ਵਿੱਚ ਫੈਸਲਾ ਕਰ ਲਾਂਗੇ ਹੁਣ ਅੱਗੇ ਤੋਂ ਤੇਰੇ ਨਾਲ ਬਾਹਰ ਨਹੀਂ ਰੱਖਣਾ ਇਹਨਾਂ ਤਾਂ ਆਮ ਆਨੁਪਾਤ ਬੰਦਾ ਕਰ ਦਿੰਦਾ ਹੈ ਇਹਨਾਂ ਨੇ ਕਿਉਂ ਨਹੀਂ ਕਰਿਆ ਵੀ ਜੇ GST ਦਾ ਪੈਸਾ ਦੇਣੋਂ ਮੁੱਕਰ ਗਈ ਕੇਂਦਰ ਸਰਕਾਰ ਬੋਲੇ ਕਿਉਂ ਨਹੀਂ ਇਹ ਮੰਨ ਕੇ ਵੀ ਹਾਂਜੀ ਕਰਜ਼ਾ ਲੈ ਲੈਂਣਾ ਸੋ ਇਸ ਕਰਕੇ ਅੱਜ ਜਿਹੜਾ ਕਿਸਾਨਾਂ ਦੇ ਧਰਨੇ ਨੇ ਉਹ ਨਾ ਵਿਕਾਸ ਰੋਕ ਰਹੇ ਨੇ ਨਾ ਕੋਈ ਅਸ਼ਾਂਤੀ ਫੈਲਾ ਰਹੇ ਨੇ ਪਰ ਮੈਨੂੰ ਨਹੀਂ ਪਤਾ ਪੰਜਾਬ ਸਰਕਾਰ ਨੂੰ ਕਿੱਥੋਂ ਪਤਾ ਲੱਗ ਜਾਂਦਾ ਵੀ ਅੱਜ ਜੀ ਡਰੋਨ ਆ ਗਏ ਅੱਜ ਸਾਡੇ ਕੋਲ ਮੋਡਿਊਲ ਆ ਗਏ ਅੱਜ ਸਾਡੇ ਕੋਲ ਪਾਕਿਸਤਾਨ ਆ ਕੇ ਹਮਲਾ ਕਰਨ ਲੱਗਿਆ ਇਹ ਜਦ ਚੋਣਾ ਹੁੰਦੀਆਂ ਨੇ ਉਦੋਂ ਇਹੀ ਇਹੀ ਕੁਝ ਹੋ ਜਾਂਦਾ ਉਦੋਂ ਬੜੇ ਇਹ ਜੀ ਆਂਦੇ ਨੇ ਜਦ ਚੋਣਾ ਖਤਮ ਹੋ ਜਾਂਦੀਆਂ ਨੇ ਉਦੋਂ ਬਿਲਕੁਲ ਸ਼ਾਂਤੀ ਹੋ ਜਾਂਦੀ ਹੈ ਜਦ ਚੋਣਾ ਆਉਂਦੀਆਂ ਨੇ ਉਦੋਂ ਖਜ਼ਾਨਾ ਇਹਨਾਂ ਦਾ ਭਰਿਆ ਹੋਇਆ ਹੁੰਦਾ ਹੈ ਤੇ ਜਿੱਦ ਦੇ ਚੋਣਾ ਖਤਮ ਹੋ ਜਾਂਦੇ ਉਦੋਂ ਦੇ ਖਜ਼ਾਨਾ ਖਾਲੀ ਹੁੰਦਾ ਇਹ ਦੋਹਾਂ ਗੱਲਾਂ ਦੀ ਇਹ ਜਵਾਬ ਦੇ ਦੇਣ ਇਹ ਡਾਈਜੈਸਟ ਲੇਖ ਚ ਇਹ ਬਦਾਨ ਸਭਾ ਜਵਾਬ ਦੇਣਾ ਵੀ ਅਸੀਂ ਆ ਕਿਹਾ ਕਰਾ ਲਏ ਨੇ ਇਹ ਇਹ ਵਾਈਟ ਪੇਪਰ ਜਾਰੀ ਕਰਨ ਨੂੰ ਕਿਹਾ ਇਹਨਾਂ ਨੇ ਇਹ ਆਪਣੇ ਅਰਥਚਾਰਜੇ ਕਰਦੇ ਨੇ 5-7 ਦਾ ਵਾਈਟ ਪੇਪਰ ਜਾਰੀ ਇਹ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਨੇ ਸੁਖਵਿੰਦਰ ਜੀ ਕਿ ਜਿੰਨਾ ਅਸੀਂ ਛੱਡ ਕੇ ਗਏ ਸੀ ਉਹਦੇ ਕਰਜ਼ਾ ਥੋੜਾ ਸੀ 30000 ਕੇ 35000 ਕਰੋੜ ਸੀ ਪਹਿਲੀ ਗੱਲ ਤਾਂ ਉਹਦੇ ਕਰਜ਼ਾ 48000 ਤਾਂ ਇਹਨਾਂ ਦੇ 48.5 ਲੱਖ ਕਾਗਜ਼ਾਂ ਚ ਹੈ ਉਹ ਵੀ ਤਾਂ 3772 ਕਰੋੜ ਮਾਫ ਹੋ ਗਿਆ ਸੀ ਐਕਚੁਅਲ ਕਰਜ਼ਾ ਜਿਹੜਾ ਸੀ 52000 ਕਰੋੜ ਸੀ ਕਿ ਜਿੰਨੇ ਅਕਾਲੀ ਛੱਡ ਕੇ ਗਏ ਨੇ ਜਿਹਦੇ ਛੱਡ ਕੇ ਗਏ ਉਹ 52000 ਕਰੋੜ ਸੀ 2007 ਚ ਜਿੰਨੇ ਅਕਾਲੀ ਛੱਡ ਕੇ ਗਏ ਨੇ ਅਕਾਲੀ ਬੀਜੇਪੀ ਉਹਦੇ 30000 ਤਾਂ ਉਹ ਪਾ ਕੇ ਕਨਕਾਲਾ ਬਾਕੀ ਜਿਹੜਾ ਕਰਜ਼ਾ ਸੀ ਉਹ 30000 ਪਾ ਕੇ ਵੀ ਇੱਕ ਰੱਖ ਬਿਆ ਸੀ 8000 ਕਰੋੜ ਬੰਦਾ ਜਾਨਕਿ ਟੋਟਲ ਇੱਕ 52 ਸੀ ਐਕਚੁਅਲੀ ਤਾਂ ਸੋ ਜੇ 1 52 ਸੀ 52 ਤਾਂ ਇਹਨਾਂ ਦੇ ਵੇਲੇ ਸੀ ਪਹਿਲਾਂ ਹੀ 1 ਲੱਖ ਉਹਨਾਂ ਨੇ 10 ਸਾਲ ਚ ਚੜਾਇਆ 1 ਲੱਖ ਕਰੋੜ ਰੁਪਇਆ 10 ਸਾਲ ਚ ਚੜਾਇਆ 10000 ਕਰੋੜ ਇਹ ਆਪਣਾ 10000 ਕਰੋੜ ਹਰ ਸਾਲ ਦਾ ਇੰਨਾ ਦੇਚ ਕੀ ਹੋਇਆ ਇਹਨਾਂ ਨੇ 182000 ਤੋਂ 273703 ਇਹਨਾਂ ਦੇ ਬਜਟ ਚ ਲਿਖਿਆ ਇੱਕੋ ਮੈਂ ਤਾਂ ਕਿ ਟੁਕੜੀ ਕਦੀ ਨਹੀਂ ਫਿਕਰੀ ਇਹਨਾਂ ਦੇ ਬਜਟ ਚ ਆਪ ਹੀ ਲਿਖਿਆ ਆਪ ਹੀ ਪੜ ਲੈਣ ਕੈਪਟਨ ਸਾਹਿਬ ਆਫਟਰ ਉਸਕੇ ਜਵਾਬ ਦਿੱਤੇ ਨੇ ਬਜਟ ਪਾਸ ਕਰਿਆ ਅੱਛਾ ਉਹ ਪਾਸ ਕਰਦੇ ਬਾਅਦ ਜਿਹੜਾ ਹੁਣ 13 14000 15000 ਕਰੋੜ ਹੋਰ ਦੇਣਾ ਪੈਣਾ ਆ ਜਿਹੜਾ ਖਜ਼ਾਨੇ ਦਾ ਖੁਦਾਂ ਮੂੰਹ ਖੋਲਤਾ ਹੁਣ ਸਾਰਾ ਹੀ ਜਿਹਦੇ ਵਿੱਚ ਬਿਨਾ ਮਤਲਬ ਪੂਰੀ ਦੇਖੇ ਵੀ ਕਿਹਨੂੰ ਕਿੰਨਾ ਮਿਲਣਾ ਹੈ ਕਿੰਨਾ ਨਹੀਂ ਮਿਲਣਾ ਸਸਾਬ ਕਿਤਾਬ ਲਈ ਤੋਂ ਬਿਨਾ ਜਿਵੇਂ ਹੁੰਦਾ ਨਾ ਅੱਗ ਲੱਗੀ ਚ ਮਸ਼ਕਾਂ ਦਾ ਭਾਅ ਦੀ ਗੱਲ ਕਰੀ ਐ ਤੇ ਕਿਉਂਕਿ ਚੋਨਾ ਨੇ ਚੋਨਾ ਲੈਂਦੇ ਹੋਏ ਆਪਾਂ ਚੱਲੋ ਦੇਖੀ ਜੋ ਜਿਹੜਾ ਕੋਈ ਆਊਗਾ ਦੇਖੀ ਜਾਊਗੀ ਇਹ ਕੱਲੀ ਇਹ ਸਰਕਾਰ ਨਹੀਂ ਕਰ ਰਹੀ ਇਹਨਾਂ ਨੇ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਦੀ ਕਮਿਊਟੇਸ਼ਨ ਬੰਦ ਕਰੀ ਸੀ ਤੇ ਫਾਰਮੂਲਾ ਘਟਾਇਆ ਸੀ ਜਿੱਦੇ ਚੋਨਾ ਹੋਣਿਆ ਸੀ 2007 ਵਾਲੀਆਂ ਉੱਦੇ ਫਾਰਮੂਲਾ ਅਕਤੂਬਰ 2006 ਚ ਆ ਕੇ ਬਦਲਤਾ ਠੀਕ ਹੈ ਇਹਦਾ ਮਤਲਬ ਵਿਚ ਵਿਚਾਲੇ ਮੁਲਾਜ਼ਮਾਂ ਨੂੰ ਨੁਕਸਾਨ ਕਰਤਾ ਲੁਕ ਚੋਣਾ ਆਈਆਂ ਇੰਨੇ ਅਕਾਲੀਆਂ ਨੇ ਪਹਿਲਾਂ ਉਹ ਜਦ ਚੋਣਾ ਆਉਣੀ ਸੀ ਉਦੋਂ ਗ੍ਰੇਡ ਵਧਾਤੇ ਫੇਰ ਅਕਾਲੀਆਂ ਨੇ ਜਾਂਦੇ ਜਾਂਦੇ ਜੇ ਚੋਣਾ ਆਉਣੀ ਸੀ 2017 ਰਾਂ ਦੀਆਂ ਉਦੋਂ ਕਹਤਾ ਸੀ ਇਹਨਾਂ ਨੂੰ ਰੈਗੂਲਰ ਕਰਤਾ ਇੱਕ ਐਕਟ ਵੀ ਪਾਸ ਕਰ ਗਏ ਇਹਨਾਂ ਨੇ ਆ ਕੇ ਲਾਗੂ ਨਹੀਂ ਕਰਿਆ ਹੁਣ ਇਹ ਕਹੀ ਜਾਂਦੇ ਨੇ ਅਸੀਂ ਰੈਗੂਲਰ ਕਰਾਂਗੇ ਸੋ ਇਹਦਾ ਮਤਲਬ ਇਹ ਹੈ ਵੀ ਜਿਹੜਾ ਵੀ ਕੰਮ ਇਹ ਨਿੱਕਾ ਮੋਟਾ ਕਰਦੇ ਨੇ ਸਿਰਫ ਚੋਣਾ ਨੂੰ ਦੇਖ ਕੇ ਕਰਦੇ ਨੇ ਔਰ ਚੋਣਾ ਨੂੰ ਦੇਖ ਕੇ ਜਦ ਕਰਦੇ ਨੇ ਉਦੋਂ ਬਿਲਕੁਲ ਉਹਦੇ 'ਚ ਕਾਨੂੰਨ ਨਹੀਂ ਦੇਖਦੇ ਉਹਦੇ 'ਚ ਆਧਾਰ ਅਥਾਰਾ ਨਹੀਂ ਦੇਖਦੇ ਉਹਦੇ 'ਚ ਜਾਇਜ਼ ਨਜਾਇਜ਼ ਨਹੀਂ ਦੇਖਦੇ ਉਹ ਲੋਕਾਂ ਵਿੱਚ ਕੇ ਵੀ ਠੀਕ ਆ ਕਰ ਦੋ ਕਰ ਦੋ ਦੇਖੀ ਜੋ ਜੋ ਹੁੰਦਾ 1 ਲੱਖ ਸੂਬੇ ਦੇ ਵਾਸਤੇ ਕਦੀ ਵੀ ਚੰਗੀਆਂ ਨਹੀਂ 나ਈ ਸੂਬੇ ਚ ਵਿਕਾਸ ਕਰਾ ਸਕਣਾ ਤੇ ਨਾ ਸੂਬੇ ਚ ਸ਼ਾਂਤੀ ਰੱਖ ਸਕਣਾ ਜਦ ਕਿਸੇ ਘਰ ਤੇ ਵਿੱਚ ਰੋਟੀ ਨਹੀਂ ਪੱਕਦੀ ਹੁੰਦੀ ਭੰਗ ਪੁੱਜਦੀ ਹੈ ਉਦੋਂ ਉੱਥੇ ਲੜਾਈਆਂ ਜ਼ਿਆਦਾ ਹੁੰਦੀਆਂ ਨੇ ਬਿਲਕੁਲ ਸਹੀ ਜਦ ਜਦ ਬੰਦਿਆਂ ਦਾ ਆਪੋ ਆਪ ਦਾ ਆਪਦਾ ਮੂੰਹ ਹੋਵੇ ਆਪਦੀ ਆਪਦੀ ਗੋਜੀ ਰੱਖਣ ਲੱਗ ਜਾਣ ਆਪਦਾ ਆਪਦਾ ਪੈਸਾ ਖਾਣ ਲੱਗ ਜਾਣ ਕੰਮ ਕਰੇ ਨਾ ਕੋਈ ਹੈਂ ਕਿ ਜੇ ਕੰਮ ਕਰਾਣਾ ਹੋਵੇ ਕਹਿੰਨ ਮੈਨੂੰ ਪੈਸੇ ਦੇ ਤਾਂ ਕਰਾਂਗਾ ਘਰ 'ਚ ਵੀ ਤੇ ਫੇਰ ਉਹ ਘਰ ਦਾ ਵਿਕਾਸ ਨਹੀਂ ਹੁੰਦਾ ਸੋ ਇਸ ਕਰਕੇ ਵਿਕਾਸ ਨਾ ਹੋਣ ਦਾ ਅਸ਼ਾਂਤੀ ਫੈਲਾਉਂਦਾ ਕਾਰਨ ਸਰਕਾਰ ਖੁਦ ਹੈ ਬਿਲਕੁਲ ਬਿਲਕੁਲ ਜੀ ਦੈਟਸ ਆਫ ਜਿੱਥੇ ਤੱਕ ਰੈਲੀਆਂ ਦਾ ਸਵਾਲ ਹੈ ਚੋਣ ਪ੍ਰਚਾਰ ਦਾ ਸਵਾਲ ਹੈ ਉਹਨੂੰ ਕਿੱਦਾਂ ਦੇਖਦੇ ਹੋ ਕਿਸਾਨਾਂ ਨੇ ਜਿਵੇਂ ਰੋਕਿਆ ਉਗਰਾਹ ਸਾਹਿਬ ਦਾ ਆਪਣਾ ਸਟੈਂਡ ਪੰਜਾਬ ਦੀਆਂ ਬੱਤੀ ਜਿੱਥੇ ਬੰਦੀ ਆਪਣਾ ਸਟੈਂਡ ਰੱਖਦੀ ਹੈ ਰਾਜੇਵਾਲ ਸਾਹਿਬ ਹੋਰ ਵੀ ਜੋ ਕੁਝ ਕਹਿ ਰਹੇ ਨੇ ਜਿਵੇਂ ਯੂਪੀ ਨੂੰ ਲੈ ਕੇ ਉਹਨਾਂ ਨੂੰ ਸਵਾਲ ਹੋਇਆ ਕਿ ਯੂਪੀ 'ਚ ਕਿਉਂ ਨਹੀਂ ਕਰਦੇ ਉਹ ਕਹਿੰਦੇ ਪੰਜਾਬ ਦਾ ਮਾਹੌਲ ਵੱਖਰਾ ਹੈ ਅੰਦੂਰੋਂ ਇੱਥੋਂ ਸ਼ੁਰੂ ਹੋਇਆ ਸੀ ਯੂਪੀ ਦੇ ਵਿੱਚ ਹਾਲੇ ਇਹੋ ਜਿਹਾ ਮੌਲ ਨਹੀਂ ਹੈਗਾ ਨਾ ਉੱਥੇ ਕੋਈ ਟਕਰਾਅ ਵਰਗੀ ਸਥਿਤੀ ਹੈ ਕਿਸਾਨਾਂ ਨਾਲ ਮਤਲਬ ਕਿ ਉੱਥੇ ਜੇਕਰ ਇਹੋ ਜਿਹਾ ਮੌਲ ਪੈਦਾ ਹੁੰਦਾ ਤਾਂ ਅਸੀਂ ਉੱਥੇ ਵੀ ਇਹੋ ਜਿਹੇ ਫੈਸਲੇ ਲੈ ਸਕਦੇ ਹਾਂ ਤੁਸੀਂ ਕਿੱਦਾਂ ਦੇਖਦੇ ਹੋ ਇਸ ਫੈਸਲੇ ਦੇਖੋ ਜਿੱਥੋਂ ਤੱਕ ਸਵਾਲ ਹੈ ਸਿਆਸੀ ਜਿਹੜੇ ਸਾਡੀ ਸਰਕਾਰਾਂ ਸਿਆਸਤ ਨਾਲ ਚੱਲਦੀਆਂ ਨੇ ਤੇ ਸਿਆਸੀ ਪ੍ਰਚਾਰ ਜ਼ਰੂਰੀ ਹੈ ਤੇ ਸਿਆਸਤਦਾਨ ਜਵਾਬਦੇਹ ਹੋਣ ਲੋਕਾਂ ਨੂੰ ਇਹ ਜ਼ਰੂਰੀ ਹੈ ਪਰ ਪਿਛਲੇ ਸਮੇਂ ਦੇ 20 ਸਾਲ ਤੋਂ ਸਿਆਸਤਦਾਨ ਜਵਾਬ ਦੇਣ ਹੋਣ ਦੀ ਬਜਾਏ ਉਹ ਆਪਜੀ ਉਹ ਇੱਕ ਇੱਕ ਪਾਰਟੀ ਦੇ ਚਾਰ ਚਾਰ ਗੁੱਟਪਿੰਡ ਚ ਬਣਾ ਲਏ ਉਹਨਾਂ ਨੇ ਸ਼ਹਿਰਾਂ ਚ ਵੀ ਬਣਾਏ ਨੇ ਹਰ ਗੁੱਟ ਆਪਦੀ ਮਰਜ਼ੀ ਕਰ ਰਿਹਾ ਹੈ ਤੇ ਲੋਕਾਂ ਨੂੰ ਇਹ ਲੜਾ ਕੇ ਭਾਈਚਾਰਾ ਤੋੜ ਕੇ ਰਾਜ ਕਰ ਰਹੇ ਨੇ ਇੱਕ ਦਿਨ ਵੀ ਇਹਨਾਂ ਨੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਇਹ ਕਹਿਣਗੇ ਤੁਹਾਨੂੰ ਆ ਦੇ ਦਾਂਗੇ ਆ ਦੇ ਦਾਂਗੇ ਜਿਵੇਂ ਜਵਾਕ ਨੂੰ ਕੋਈ ਕਹਿੰਦਾ ਵੀ ਯਾਰ ਤੂੰ ਚੁੱਪ ਕਰ ਤੇ ਭਾਵੇਂ ਉਹਨੂੰ ਉਹੀ ਜੀ ਚੀਜ਼ ਜੈਨ ਲੱਗ ਜੇ ਜਿਹਦੇ ਨਾਲ ਜੋਗਾ ਦਾ ਲੰਮੇ ਦਾ ਨੁਕਸਾਨ ਵੀ ਹੋਣਾ ਹੋਵੇ ਸੋ ਇਹੋ ਜਿਹੇ ਲਾਲਚੇ ਲੋਕਾਂ ਨੂੰ ਦੇ ਰਹੇ ਨੇ ਕਦੇ ਤੁਹਾਨੂੰ ਆਟਾ ਦਾਲ ਦੇ ਦਾਂਗੇ ਕਦੇ ਕਹਿੰਦੇ ਤੁਹਾਨੂੰ ਸਸਤਾ ਦੇ ਦਾਂਗੇ ਕਦੇ ਕਹਿੰਦੇ ਤੁਹਾਨੂੰ ਬਸਾਂ ਮੁਫਤ ਦੇ ਦਾਂਗੇ ਕਦੇ ਕਹਿੰਦੇ ਪੜ੍ਹਾਈ ਮੁਫਤ ਦੇ ਦਾਂਗੇ ਕਦੇ ਕਹਿੰਦੇ ਤੁਹਾਨੂੰ ਸਿਹਤ ਮੁਫਤ ਹੋ ਜੂ ਮੁਫਤ ਹੈ ਕੁਝ ਵੀ ਨਹੀਂ ਪੜ੍ਹਾਈ ਜਿਹੇ ਜੀ ਮੁਫਤੇ ਦੇ ਰਹੇ ਨੇ ਸਭ ਨੂੰ ਪਤਾ ਵੀ 8ਵੀਂ ਦੇ ਬੱਚੇ ਨੂੰ ਉਡਾ ਲੈਣੀ ਜਾਂਦਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਤੀ ਹਸਪਤਾਲਾਂ ਦੇ ਵਿੱਚ ਇਹਨਾਂ ਤੋਂ ਬੰਦੇ ਭਰਤੀ ਨਹੀਂ ਹੁੰਦੇ ਇਹਨਾਂ ਕੋਲੇ ਸਪੈਸ਼ਿਸਟ ਡਾਕਟਰ ਨਹੀਂ ਹੈਗੇ ਇਹਨਾਂ ਕੋਲੇ ਜਨਰਲ ਡੇ ਕੇਅਰ ਵੀ ਉਹਨਾਂ ਨੂੰ ਮਿਲਦਾ ਨਹੀਂ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜੇ ਰੂਰਲ ਏਰੀਆ ਖਾਸ ਕਰਕੇ ਇਹ ਦੱਸ ਦੇਣ ਜੇ ਇਨਾਂ ਕੋਲ 24 ਘੰਟੇ ਕਮਿਊਨਿਟੀ ਹੈਲਥ ਸੈਂਟਰ ਦੇ ਉੱਤੇ ਵੀ ਐਮਰਜੈਂਸੀ ਸਰਵਿਸ ਦੇਣ ਵਾਸਤੇ ਬੰਦਾ ਹੈਗਾ ਕੋਈ ਸਪੈਸ਼ਲਿਸਟ ਦੀ ਗੱਡੀ ਛੱਡੋ ਪ੍ਰਾਇਮਰੀ ਹੈਲਥ ਸੈਂਟਰ ਤੇ ਕਮਿਊਨਿਟੀ ਹੈਲਥ ਸੈਂਟਰ ਤੇ ਦੱਸ ਦੇਣ ਵੀ ਜੇ ਇਨਾਂ ਕੋਲ ਰੂਰਲ ਏਰੀਆ ਦੇ ਵਿੱਚ ਸਪੈਸ਼ਲਿਸਟ ਹੈਗਾ ਸੋ ਜੇ ਦੇਸ਼ ਦੇ ਵਿੱਚ ਜਿਹੜੇ ਗਰੀਬ ਰਾਜ ਨੇ ਬਿਹਾਰ ਹੋਰ ਉਹਨਾਂ ਵਾਸਤੇ ਜਿਹੜਾ ਨਾਰਮਲ ਉਹਦਾ ਵੀ ਨਹੀਂ ਪੂਰਾ ਕਰਦੇ ਪੰਜਾਬ ਕਿਸੇ ਜ਼ਮਾਨੇ 'ਚ ਉਹ ਤੋਂ ਉੱਪਰ ਹੁੰਦਾ ਸੀ ਅੱਜ ਉਹਨਾਂ ਰਾਜਾਂ ਤੋਂ ਵੀ ਥੱਡੇ ਚੜਾ ਗਿਆ ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਜਿਹੜੀਆਂ ਰੈਲੀਆਂ ਵਗੈਰਾ ਨੇ ਇਹਦੀ ਤੇ ਚਰਚਾ ਹੋਣੀ ਚਾਹੀਦੀ ਸੀ ਇਹ ਚਰਚਾ ਹੋ ਨਹੀਂ ਰਹੀ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦੁਖੜਾ ਇਹ ਹੈ ਵੈ ਸਾਰੇ ਸੂਬਿਆਂ ਦਾ ਹੀ ਹੈ ਪਰ ਪੰਜਾਬ ਦਾ ਮੇਨ ਹੈ ਕਿ ਜਿਹੜੇ ਸਾਡੇ ਅਧਿਕਾਰ ਸੀ ਉਹ ਖੋਲੇ ਜਿਹੜੇ ਸੰਵਿਧਾਨ ਨੇ ਅਧਿਕਾਰ ਦਿੱਤੇ ਸੀ ਇਹਨਾਂ ਨੇ ਇੱਕ ਨੇ ਵੀ ਪੋਲੀਟੀਕਲ ਪਾਰਟੀ ਨੇ ਮੰਗਨ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿਣ ਫਿਰ ਇਹਨਾਂ ਨੇ ਬਲਦੀ ਦੇ ਬੂਥੇ ਕਿ ਪੰਜਾਬ ਨੂੰ ਜੇਤਾ ਸੀ ਇੰਨਾ ਚਿਰ ਪੰਜਾਬ ਨੇ ਸੰਤਾਪ ਭੋਗਿਆ ਹੈ ਉਹੀ ਵੱਧ ਅਧਿਕਾਰਾਂ ਦੇ ਮਾਮਲੇ 'ਤੇ ਹੁਣ ਕਿਉਂ ਚੁੱਪ ਲੱਗੇ ਨੇ ਹੁਣ ਕਿਉਂ ਮੂੰਹ ਨੂੰ ਜੰਦਰੇ ਲੱਗੇ ਹੋਏ ਨੇ ਹੁਣ ਬੋਲਣ ਫੇਰ ਵੀ ਅਸੀਂ ਵੱਧ ਅਧਿਕਾਰ ਲਵਾਂਗੇ ਦੂਜੀ ਗੱਲ ਦੂਜੀ ਗੱਲ ਲੋਕਾਂ ਨੂੰ ਇਹ ਕਿਉਂ ਨਹੀਂ ਦੱਸਦੇ ਉਹ ਗਰਾਹਾਂ ਸਾਹਿਬ ਨੇ ਬਾਕੀ ਵੀ ਕਹਿੰਦੇ ਨੇ ਕਿ ਖਰਖਾਨੇ ਜਿੱਥੇ ਬੰਦੀਆਂ ਸਾਰੀਆਂ ਕਿ ਜੀ ਤੁਸੀਂ ਜਵਾਬ ਦਿਓ ਉਹ ਗੱਲ ਵੱਖਰੀ ਆ ਕਿਸਾਨਾਂ ਨੇ ਉਹਨਾਂ ਨੂੰ ਜਵਾਬ ਮੰਗਣ ਵਾਸਤੇ ਆਪਦੇ ਬੰਦਿਆਂ ਨੂੰ ਉਸ ਤਰੀਕੇ ਨਾਲ ਤਿਆਰ ਨਹੀਂ ਕਰਿਆ ਜੇ ਇਹ ਨਹੀਂ ਕਿ ਸਾਡੇ ਸਕੂਲ ਖੋਲ੍ਹ ਦਿਓ ਸਾਡੇ ਬੱਚਿਆਂ ਦੀ ਪੜ੍ਹਾਈ ਕਿਉਂ ਨਹੀਂ ਹੋਈ ਹੁਣ ਤੱਕ ਇਹ 8ਵੀਂ ਦੇ ਬੱਚੇ ਨੂੰ ਐਨਾ ਕੁਝ ਕਿਉਂ ਨਹੀਂ ਆਉਂਦਾ ਇਹਦਾ ਕਾਰਨ ਤੁਸੀਂ ਦੱਸੋ ਇਹ ਖਜ਼ਾਨਾ ਖਾਲੀ ਹੈ ਦੱਸੋ ਕਿਉਂ ਖਾਲੀ ਰਿਹਾ ਹੁਣ ਤੱਕ ਕੱਢੋ ਪੇਪਰ ਇਹਦੇ ਤੇ ਕਿਹਨੇ ਖਾਲੀ ਕਰਿਆ ਹੈ ਕਿਹੜੀਆਂ ਤੁਹਾਡੀਆਂ ਗਲਤ ਨੀਤੀਆਂ ਕਰਕੇ ਖਾਲੀ ਹੋਇਆ ਜੇ ਕੋਈ ਡਾਕਟਰ ਗਲਤ ਦਵਾਈ ਦੇ ਕੇ ਮਰੀਜ਼ ਨੂੰ ਮਾਰ ਦੇ ਤਾਂ ਉਹ ਤੇ ਕੇਸ ਬਣਨਾ ਚਾਹੀਦਾ ਇਹ ਦੱਸਣ ਵੀ ਗਲਤ ਨੀਤੀਆਂ ਆ ਇਹ ਇਹ ਖਜ਼ਾਨੇ ਦੇ ਡਾਕਟਰ ਸੀਗੇ ਇਹਨਾਂ ਨੇ ਖਜ਼ਾਨਾ ਭਰਿਆ ਕਿਉਂ ਨਹੀਂ ਇਹ ਕਰਜ਼ਾ ਲੈਣੇ ਕਿਵੇਂ ਸਾਰਦੇਗੇ ਫੇਰ ਬੇਰਸਗੀ ਬੇਰਸਗੀ ਦਾ ਹਾਲੇ ਦੱਸਣ ਵੀ ਕਿਵੇਂ ਕਰਾਂਗੇ ਗੁਟਕਾ ਸਾਰ ਚੱਕ ਕੇ ਸੌਂ ਖਾਣੀ ਵੀ 4-6 ਹਫ਼ਤੇ ਚ ਜਿੰਨੇ ਚ ਵੀ ਸਮੇਂ ਚ ਨਸ਼ਿਆਂ ਦਾ ਦੱਕ ਤੋੜ ਦਾਂਗੇ ਲੱਕ ਤੋੜਿਆ ਜਾਂ ਲੱਤ ਤੋੜੀ ਇਹ ਤਾਂ ਪਤਾ ਨਹੀਂ ਪਰ ਨਸ਼ਿਆਂ ਦੇ ਬਾਰੇ ਜਵਾਬ ਦੇ ਦੇਣ ਨਾ ਲੋਕਾਂ ਨੂੰ ਹੁਣ ਵੀ ਇਹਨਾਂ ਦੀ ਆਪਦੀਆਂ ਰਿਪੋਰਟਾਂ ਨੇ ਕਿ ਬੂਪਰੀ ਨੋਰਫੀਨ ਨਾ ਦੀ ਗੋਲੀ ਉਹ ਨਸ਼ਈ ਹੁੰਦਾ ਹੈ ਨਸ਼ਾ ਛਡਾਊ ਗੋਲੀਆਂ ਨਸ਼ਈ ਹੈ ਉਹ ਨਸ਼ਾ ਛਡਾਊ ਗੋਲੀਆਂ ਦੀ ਇਹਨਾਂ ਦੇ ਹਸਤਾ ਜਿਹੜੀ ਉਹ ਸਿਰਫ ਇਹਨਾਂ ਦੇ ਸਰਕਾਰੀ ਤਰੀਕੇ ਨਾਲ ਵਿਕ ਸਕਦੀ ਹੈ ਸਰਕਾਰ ਦੇ ਕੰਟਰੋਲ ਤਹਿਤ ਉਹਦੀ ਤਸਕਰੀ ਵੀ ਹੋ ਰਹੀ ਹੈ ਉਹ 3670 ਰੁਪਏ ਵਾਲੀ ਗੋਲੀ 40 ਰੁਪਏ ਚ ਵੀ ਵਿਕ ਰਹੀ ਹੈ ਤੇ ਉਹ ਲਗਾਤਾਰ ਲੋਕ ਖਾਰੇ ਨੇ ਢੂਢੂਢ ਸਾਲ ਤੋਂ ਫਿਰ ਨਸ਼ੇ ਕਮੀ ਛੁੱਟਿਆ ਇੱਕ ਨਸ਼ਾ ਛੱਡ ਕੇ ਦਈਦਾ ਲਾਤਾ ਫਿਰ ਤਾਂ ਤੁਸੀਂ ਕੈਮੀਕਲ ਨਸ਼ਾ ਨਵਾਂ ਲਾਤਾ ਨਾ ਇਹ 10 ਦਿਨ ਵੀ ਨਸ਼ਾ ਆ ਇੰਨੇ ਇਹ ਐ ਕਰਨ ਤੇ 5000 ਬੰਦਾ ਸਿਰਫ 5000 ਇਹ ਦਿਖਾ ਦੇਣ ਵਿਆਹ ਹੋਣੀ ਜਮਾ ਨਸ਼ਾ ਛੱਡਿਆ ਹੋਇਆ ਹੈ ਇਹਨੂੰ ਪੂਰਾ ਨਸ਼ੇ ਦੀ ਰੋਣਨੀ ਅਸੀਂ ਆ ਫਲਾਣੇ ਕੇਂਦਰ ਚ ਭੱਤੀ ਸੀ ਐਂ ਠੀਕ ਹੋਇਆ 5000 ਬੰਦਾ ਦਿਖਾ ਦੇਣ ਕਿਉਂਕਿ ਕੈਪਟਨ ਸਾਹਿਬ ਦੀ ਆਪਦੀ ਪਾਰਟੀ ਕਹਿੰਦੀ ਸੀ ਕਿ ਹਰ ਤੀਜਾ ਬੰਦਾ ਤਿੰਨ ਦੇ ਵਿੱਚੋਂ ਦੋ ਬੰਦੇ ਨਸ਼ੇੜੀ ਨੇ ਇਹ ਕਹਿੰਦੀ ਸੀ ਇਹਨਾਂ ਦੇ ਬਿਆਨ ਨੇ ਹਾਲਾਂਕਿ ਉਹ ਗਲਤ ਸੀਗਾ ਬਿਆਨ ਤਿੰਨ 'ਚੋਂ ਦੋ ਨਸ਼ੇੜੀ ਨਹੀਂ ਸੀਗੇ ਪੰਜਾਬ 'ਚ ਪਰ ਜਿਹੜੇ ਇਹ ਕਹਿੰਦੇ ਸੀ ਵੀ ਨਸ਼ਾ ਹੈ ਹੀ ਨਹੀਂ ਪੰਜਾਬ 'ਚ ਉਹ ਵੀ ਗਲਤ ਸੀਗੇ ਐਮਸ ਦੀ ਰਿਪੋਰਟ ਪਈ ਹੈ ਐਮ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਆਖਿਆ 8 ਲੱਖ ਬੰਦਾ ਫੀਮ ਖਾਂਦਾ ਠੀਕ ਹੈ ਚੋ ਇਹ ਦੱਸਦੇ ਨੇ ਫਿਰ ਵੀ ਉਹਦਾ ਕੀ ਕਰਦੇ ਨੇ ਉਹਦਾ ਜਿਹੜਾ ਹੈਰਨ ਲੈਂਦੇ ਨੇ ਫਿਰ ਤੰਬਾਕੂ ਦਾ ਉਹਨੇ ਸਾਰੀ ਉਹਦਾ ਰਿਪੋਰਟ ਸਾਹਮਣੇ ਪਈ ਹੈ ਸਭ ਉਸ ਰਿਪੋਰਟ ਦੇ ਮੁਤਾਬਕ ਦੱਸਦੇ ਨੇ ਕਿ ਜੀ ਆ ਦੇਖੋ ਆ ਬੰਦੇ ਸੀਗੇ ਆਇਡੈਂਟੀਫਾਈ ਕਰੇ ਹੋਏ ਸੀ ਇਹਨਾਂ ਚੋਂ ਸੀ ਇੰਨਿਆਂ ਨੂੰ ਨਸ਼ਾ ਛਡਾਤਾ ਆ ਬੈਠੇ ਨੇ ਤੁਹਾਡੇ ਸਾਹਮਣੇ ਇਹ ਨਸ਼ਾ ਛਡਾਤਾ ਪਹਿਤ ਤਾਂ ਉਹਦੋਂ ਦੇ ਨਸ਼ਾ ਛਡਾ ਕੇ ਰੀਹੈਬਿਡੀਟੇਟ ਕਰਤਾ ਬੀ ਆਫ ਦਾ ਨਾਰਮਲ ਕੰਮ ਕਰਨ ਲੱਗ ਗਿਆ ਜੀ ਜੇ ਹੋਰ ਇਹਨੂੰ ਕੋਈ ਰੁਜ਼ਗਾਰ ਨਹੀਂ ਵੀ ਮਿਲਿਆ ਜੇ ਪੜਦਾ ਸੀ ਤਾਂ ਪੜਨ ਲੱਗ ਗਿਆ ਜੇ ਆਪਦਾ ਖੇਤੀ ਕਰਦਾ ਸੀ ਤਾਂ ਖੇਤੀ ਕਰਨ ਲੱਗਿਆ ਜੇ ਚਲੋ ਘਰ ਚ ਬਹਿਣਾ ਵੀ ਰਹਿੰਦਾ ਸੀ ਘਰ ਚ ਹੀ ਬੈਠ ਕੇ ਆਪਦਾ ਨਿਕਮਾ ਮੋਟਾ ਕੁਝ ਘਰ ਦੇ ਨਾਲ ਸਹਿਯੋਗ ਕਰਨ ਲੱਗਿਆ ਇਹ ਦੱਸਣ ਤਾਂ ਸਹੀ ਨਾ ਹੁਣ ਇਹ ਕਹੀ ਜਾਂਦਾ ਸੀ ਨਸ਼ੇ ਖਤਮ ਕਰ ਤੇ ਖਤਮ ਕਰ ਤੇ ਖਤਮ ਕਰ ਤੇ ਇਹਦਾ ਤਾਂ ਕੋਈ ਫਾਇਦਾ ਨਹੀਂ ਨਾ ਇਹ ਤਾਂ ਕੋਈ ਵੀ ਕਹੀ ਜਾਊਗਾ ਪਹਿਲਾਂ ਕਹੀ ਜਾਓ ਨਾ ਇਸੇ ਬਹੁਤ ਜ਼ਿਆਦਾ ਨਹੀਂ ਫਿਰ ਕੋਈ ਸੀ ਖਤਮ ਕਰ ਤੇ ਫਿਰ ਤਾਂ ਇਸ ਨਾਲ ਤਾਂ ਉਹੀ ਗੱਲ ਆ ਵੀ ਕੌਣ ਉਡਾਣੇ ਨਹੀਂ ਆਪ ਸਮਝੋ ਮੁੜ ਕੇ ਕੌ ਕੌ ਤਾਂ ਕੋਈ ਆਇਆ ਹੀ ਨਹੀਂ ਸੋ ਇਹ ਇਹ ਨਸ਼ਿਆਂ ਦੇ ਮਾਮਲੇ ਚ ਕੋਈ ਵੀ ਇਸ਼ੂ ਆ ਜਿਹੜਾ ਅੱਜ ਡੋੜਤੀ ਆ ਚੋਣਾ ਨੇ ਉਹਨਾਂ 'ਚ ਸਤੋਂ ਉੱਚੀ ਐਕਟੀਵਿਟੀ ਹੁੰਦੀ ਐ ਜੇ ਮਹੀਨਾ ਰੈਲੀਆਂ ਬੰਦ ਵੀ ਕਰ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਐ ਪਰ ਰੈਲੀਆਂ ਨੂੰ ਪੱਕਾ ਹੀ ਬੰਦ ਕਰਨਾ ਵੀ 2 ਹਫ਼ਤੇ 3 ਹਫ਼ਤੇ ਇਹ ਗੱਲ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਐ ਮਿਹਨਤ ਕਰਕੇ ਏਜੰਡਾ ਪਿੰਡਾਂ ਦੇ ਵਿੱਚ ਲਾ ਦੇਣ ਜਿਹੜੀਆਂ ਪਾਰਟੀਆਂ ਕਿਸਾਨ ਜਦ ਵਿਰੋਧ ਕਰਦੇ ਨੇ ਉਹਦੇ ਉੱਤੇ ਇਹਨਾਂ ਨੂੰ ਆਪਦੇ ਕੈਡਰ ਨੂੰ ਸਿਖਾਉਣਾ ਪੈਗਾ ਪਾਰਟੀਆਂ ਨੂੰ ਵੀ ਉਹਨਾਂ ਦਾ ਵਿਰੋਧ ਕਰੀ ਜਾਣ ਉਹਨਾਂ ਦਾ ਰਾਈਟ ਐ ਵਿਰੋਧ ਕਰਨਾ ਜਿੰਨਾ ਚਿਰ ਤੁਹਾਡੀ ਰੈਲੀ ਨੂੰ ਆ ਕੇ ਡਿਸਟਰਬ ਨਹੀਂ ਕਰਦੇ ਦੂਰ ਖੜਕੇ ਵਿਰੋਧ ਕਰਦੇ ਨੇ ਉਹਨਾਂ ਨੂੰ ਕਰਨ ਦੋ ਨਾਰੇ ਲਾਉਣ ਦੋ ਕਾਲੀਆਂ ਚੜ੍ਹੀਆਂ ਦਿਖਾਉਣ ਦੋ ਜੇ ਉਹਨਾਂ ਨੂੰ ਇਹ ਮੇਂ ਨਹੀਂ ਦੇਣਗੇ ਬਿਉ ਤਾਂ ਉਹਨਾਂ ਦਾ ਤਾਂ ਸਿਰਪੰਨ ਜਾਊਗਾ ਫਿਰ ਟਕਰਾਹ ਕੌਣ ਪੈਦਾ ਕਰਦਾ ਫਿਰ ਫਿਰ ਟਕਰਾਹ ਤਾਂ ਇਹ ਪੈਦਾ ਕਰ ਰਹੀ ਹੈ ਨਾ ਇਹ ਕਾਈ ਕਾਈ ਇੱਕ ਬੰਦਾ ਦੂਰ ਖੜਾ ਨਾਰੇ ਲਾ ਰਿਹਾ ਉਹਨੂੰ ਤੁਸੀਂ ਕਹਿੰਦੇ ਦਾ ਸਿਰਪੰਨ ਦੇਣਗੇ ਸਾਡੇ ਬੰਦੇ ਤਾਂ ਇਹ ਕਹਿੰਨ ਦਾ ਕੀ ਮਤਲਬ ਹੈ ਉਹ ਕਹੇਨ ਵੀ ਦੇਖੋ ਉਹਨਾਂ ਦਾ ਕੰਮ ਨਾਰੇ ਲਾਉਣਾ ਯਾਰ ਤੁਸੀਂ ਆਪਾਂ ਆਪਣੀ ਗੱਲ ਕਰੀਏ ਉਹਨਾਂ ਨੂੰ ਤਾਂ ਲਾਈ ਜਾਂਦੇ ਨੇ ਨਾਰੇ ਉਹੀ ਕਹਿਣਾ ਵੀ ਅਸੀਂ ਜੇ ਤੁਹਾਨੂੰ ਛੁੱਟੀ ਦੇਤੀ ਇਹਨਾਂ ਦਾ ਸਿਰਫ ਹੰਨਦੋਗੇ ਤੁਸੀਂ ਤਾਂ ਤੋ ਉਹ ਕਰ ਦੋਗੇ ਇਹ ਗੱਲ ਗਲਤ ਹੈ ਇਹ ਪਾਕੀਆਂ ਨੂੰ ਵੀ ਆਪਦਾ ਗਿਆਪਤ ਰੱਖਣਾ ਪਊਗਾ ਸੋ ਦੋਨੇ ਧਿਰਾਂ ਨੂੰ ਕਿਸਾਨਾਂ ਦੀ ਲੋੜ ਅੱਜ ਕਿ ਬਿਲਕੁਲ ਮੁੱਦੇ ਡਿਫਾਈਨ ਕਰਕੇ ਪਿੰਡ ਪਿੰਡ ਬੋਲ ਲਵਾ ਦੇਣ ਦੂਜਾ ਜਿਹੜਾ ਇਹ ਉਹਨਾਂ ਦਾ ਭਾਈਚਾਰਾ ਤੋੜਦੇ ਨੇ ਆਪਦੇ ਕਿਸਾਨਾਂ ਨੂੰ ਕਹਿਦੇ ਨੇ ਵੀ ਤੁਸੀਂ ਜਾਓ ਨਾ ਇਹਨਾਂ ਦੀਆਂ ਰੈਲੀਆਂ 'ਚ ਕਿਉਂਕਿ ਭਾਈਚਾਰਾ ਤੋੜਦੇ ਨੇ ਜਿਹੜਾ ਬੰਦਾ ਜਾਵੇ ਉਹ ਕਹਿੰਦੀ ਆ ਸਵਾਲਾਂ ਦਾ ਜਵਾਬ ਲਿਖ ਕੇ ਲਓ ਕਹਿੰਦਾ ਸਾਰਾ ਲਿਖਤੀ ਜਵਾਬ ਦੇ ਉਹ ਜਵਾਨੀ ਨਹੀਂ ਦੋ ਕੰਨ ਗੇ ਜੀ ਲਿਖੇ ਮੁਕਰ ਮੈਂ ਕਹਿੰਦਾ ਮੁਕਰ ਜਾਣ ਲਿਖਤੀ ਜਦ ਸੋਚਣਗੇ ਮੇਰਾ ਸਵਾਲ ਵੱਡਾ ਹੋਰ ਹੈ ਮੈਂ ਇੱਕ ਟੀਚਰ ਆ ਅਸੀਂ ਪੜਾਉਣ ਦਾ ਤਰੀਕਾ ਹੀ ਕਹਿੰਦਾ ਜੇ ਕੋਈ ਨਕਲ ਮਾਰ ਕੇ ਵੀ ਲਖੂ ਕੁਝ ਤਾਂ ਸਿੱਖੂ ਜਦ ਉਹ ਉਥੋਂ ਵੋਟ ਤੋਂ ਪੜਨਗੇ ਵੀ ਇਹ ਸਵਾਲ ਕੀ ਨੇ ਨਸ਼ੇ ਕਿਵੇਂ ਦੂਰ ਹੋਣਗੇ ਕੁਝ ਤਾਂ ਸੋਚੂਗਾ ਦਿਮਾਗ ਅਜੇ ਇਹਨਾਂ ਨੂੰ ਪਤਾ ਹੀ ਨਹੀਂ ਇੱਥੇ ਇੱਥੇ ਕਾਨੂੰਨ ਪਾਸ ਹੋ ਰਹੇ ਨੇ ਐ ਕਰਨ ਮੈਂ ਇਹ ਕਹਿਣਾ ਵੀ ਰਾਗ ਕਰਨ ਵਾਲੀ ਪਾਰਟੀ ਜਾਂ ਵਿਰੋਧੀ ਪਾਰਟੀਆਂ ਇਹ ਦੱਸ ਦੇਣ ਜਿਹੜੇ 13 ਕਾਨੂੰਨ ਪਾਸ ਹੋਏ ਨੇ ਇਹਨਾਂ ਦੇ ਐਮਐਲਏ ਨੂੰ ਕਾਨੂੰਨ ਪੜੇ ਨੇ ਕੈਪਟਨ ਸਾਹਿਬ ਕਹਿੰਦੇ ਨੇ ਇਹ 10 ਦਿਨ ਵੀ ਉਹ ਕਾਨੂੰਨਾਂ ਦੀਆਂ ਕਾਪੀਆਂ 15 ਦਿਨ ਪਹਿਲਾਂ ਵੰਡਤੀਆਂ ਸੀ ਐਮਐਲਏ ਨੂੰ ਇਹ 10 ਦਿਨ ਜਿਹੜੇ ਪਾਸ ਹੋਏ ਸੀ ਪਿਛਲੇ ਸੈਸ਼ਨ 'ਚ ਤੁਸੀਂ ਜਿਹੜਾ ਕਾਨੂੰਨ ਹੈ ਤੁਸੀਂ ਕਾਨੂੰਨ ਪਾਸ ਕਰਨ ਉਹਦੀ ਕਾਪੀ ਐਮਐਲਏ ਨੂੰ ਵੰਦੇ ਨਹੀਂ ਐਮਐਲਏ ਨੂੰ ਪਤਾ ਹੀ ਕੋਈ ਨਹੀਂ ਵੀ ਇਹ ਕਾਨੂੰਨ 'ਚ ਦਿਖਾਇ ਕੀ ਹੈ ਪਾਸ ਹੋ ਰਿਹਾ ਕੋਈ ਇੱਕ ਨੇ ਕੋਈ ਕਦਾਂ ਪੜਿਆ ਹੋਊਗਾ ਕਾਲੀ ਕਿਵੇਂ ਪੜਿਆ ਜਾਂਦਾ ਕਾਨੂੰਨ ਮੈਨੂੰ ਵੀ ਕੋਈ ਕਹੇ ਤਾਂ ਵੀ ਮੈਂ ਨਹੀਂ ਛੇਤੀ ਪੜ ਸਕਦਾ ਬੰਦਾ ਧਿਆਨ ਨਾਲ ਬੈਠ ਕੇ ਪੜਦਾ 15 ਦਿਨ ਇਸੇ ਕਰਕੇ ਰੱਖਨੇ ਵੀ 15 ਦਿਨ ਪਹਿਲਾਂ ਦਿਓ ਤੁਸੀਂ ਕਾਨੂੰਨ ਫਿਰ ਪੰਜਾਬੀ ਅੰਗਰੇਜ਼ੀ ਦੋਹਾਂ ਚ ਦਿਓ ਕਿਉਂਕਿ ਪੰਜਾਬੀ ਠੀਕ ਨਹੀਂ ਹੁੰਦੀ ਪਰ ਪੰਜਾਬੀ 'ਚ ਬੰਦਾ ਛੇਤੀ ਪੜ ਲੈਂਦਾ ਹੈ ਛੇਤੀ ਗੱਲ ਨੂੰ ਸਮਝ ਲੈਂਦਾ ਹੈ ਇਹਦਾ ਮਤਲਬ ਇਹ ਨਹੀਂ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਪੰਜਾਬੀ 'ਚ ਉਹਨੂੰ ਛੇਤੀ ਸਮਝ ਆਉਂਦੀ ਹੈ ਪਰ ਜਿੱਥੇ ਉਹਨੂੰ ਲੱਗੇ ਵੀ ਕਿਤੇ ਗੜਬੜਾ ਹੈ ਉਹ ਅੰਗਰੇਜ਼ੀ ਵਾਲਾ ਦੇਖ ਲੇਗਾ ਮੈਂ ਰੋਜ਼ ਇਹੀ ਕੁਝ ਕਰਨਾ ਜਿਹੜੀ ਚੀਜ਼ ਮੈਨੂੰ ਪੰਜਾਬੀ 'ਚ ਅਵੇਲੇਬਲ ਹੋਵੇ ਮੈਂ ਉਹਨੂੰ ਪਹਿਲਾਂ ਪੰਜਾਬੀ 'ਚ ਪੜਦਾ ਜਿੱਥੇ ਮੈਨ ਸੋ ਇਸ ਕਰਕੇ ਇਹਨਾਂ ਨੇ ਨਾ ਤਾਂ ਜਿਹੜਾ ਇਹਨਾਂ ਦੀ ਡਿਊਟੀ ਸੀ ਉਹ ਤਾਂ ਕਰੀੋ ਹੀ ਨਹੀਂ ਇਹ ਦੱਸ ਦੇਣ ਇਹ ਕਹਿੰਦੇ ਜੀ ਪਿਛਲੇ ਸਾਲ ਇਹਨਾਂ ਨੇ ਕਿਹਾ ਸਾਡੇ ਕੋਲ ਤਾਂ ਕੰਮ ਕੋਈ ਨਹੀਂ ਇਸ ਕਰਕੇ ਇੱਕ ਦਿਨ ਦਾ ਸੈਸ਼ਨ ਕਰਿਆ ਨਸ਼ੇ ਰੋਕਣ ਵਾਸਤੇ ਉਹ ਬਣਾਉਣੀ ਯੋਜਨਾ ਬਣਾਉਣੀ ਇਹ ਕੋਈ ਕੰਮ ਨਹੀਂ ਕਿਸਾਨੀ ਦੀ ਸੂਈ ਸਾੜ ਨੂੰ ਰੋਕਣ ਵਾਸਤੇ ਯੋਜਨਾ ਬਣਾਉਣੀ ਇਹ ਕੋਈ ਕੰਮ ਨਹੀਂ ਸੂਈ ਸਾੜ ਵੇਚਣ ਪਰਿਵਾਰਾਂ ਨੂੰ ਕੋਈ ਬੈਨੀਫਿਟ ਜੇ ਨਹੀਂ ਮਿਲ ਰਹੇ ਉਹ ਕਿਵੇਂ ਦੇਣੇ ਕੋਈ ਕੰਮ ਨਹੀਂ ਸਿੱਖਿਆ ਦਾ ਸੁਧਾਰ ਕਿਵੇਂ ਕਰਨਾ ਹੈ ਇਹ ਕੋਈ ਕੰਮ ਨਹੀਂ ਸਿਹਤ ਦਾ ਸੁਧਾਰ ਕਿਵੇਂ ਕਰਨਾ ਹੈ ਕੋਈ ਕੰਮ ਨਹੀਂ ਪਾਣੀ ਕਿਵੇਂ ਸੋਧਣਾ ਹੈ ਇਹਦਾ ਕੋਈ ਕੰਮ ਨਹੀਂ ਪਰਿਆਵਰਣ ਨੂੰ ਸਾਫ਼ ਕਿਵੇਂ ਰੱਖਣਾ ਹੈ ਕੋਈ ਕੰਮ ਨਹੀਂ ਭ੍ਰਿਸ਼ਟਾਚਾਰ ਕਿਵੇਂ ਖਤਮ ਕਰਨਾ ਹੈ ਇਹ ਕੋਈ ਕੰਮ ਨਹੀਂ ਮਾਫੀਆ ਕਿਵੇਂ ਖਤਮ ਕਰਨਾ ਹੈ ਇਹ ਕੋਈ ਕੰਮ ਨਹੀਂ ਇਹ ਕਹਿੰਦੇ ਸਾਨੂੰ ਕੋਈ ਕਮੀ ਨਹੀਂ ਬੇਰੁਜ਼ਗਾਰੀ ਕਿਵੇਂ ਖਤਮ ਕਰਨੀ ਹੈ ਇਹ ਕੋਈ ਕੰਮ ਨਹੀਂ ਇਹ ਕੰਮ ਹੈਗੇ ਨੇ ਇਹ ਕੰਮ 'ਤੇ ਸਿਰ ਜੋੜ ਕੇ ਬੈਠਣ ਵਾਲੀ ਚੁਣੇ ਜਾਂਦੇ ਨੇ ਜੇ ਇਹਨਾਂ ਨੇ ਉਹ ਕੰਮ ਕਰਨੇ ਹੀ ਨਹੀਂ ਇਹਨਾਂ ਨੇ ਸਿਰਫ ਇੱਕ ਦੂਜੇ ਨੂੰ ਦੋਸ਼ ਦੇਣੇ ਨੇ ਤੇ ਬਿੜ ਬਿਨਾ ਪੜੇ ਪਾਸ ਕਰ ਦੇਣੇ ਨੇ ਤੇ ਬਜਟ ਉੱਥੇ ਸੁਣਾ ਦੇਣਾ ਜਿਹੜਾ ਪੰਜਾਬੀ ਦਾ ਇਹ ਜਵਾਬ ਦੇ ਦੇ ਸਰਕਾਰ ਜਿਹੜਾ ਪੰਜਾਬੀ ਚ ਇਸ ਵਾਰੀ ਬਜਟ ਪੇਸ਼ ਕਰਿਆ ਗਿਆ ਹੈ ਪੰਜਾਬੀ ਦੀ ਜਿਹੜੀ ਕਾਪੀ ਆ ਉਹਨੇ ਖੁਦ ਪੜਦਿਆਂ ਵੀ ਕਿੰਨੀ ਗਲਤ ਪੰਜਾਬੀ ਹੋਈ ਹੋਈ ਹੈ ਜੇ ਬਜਟ ਸੈਸ਼ਨ ਦੇ ਵਿੱਚ ਪੰਜਾਬੀ ਦੀ ਟ੍ਰਾਂਸਲੇਸ਼ਨ ਬਜਟ ਦੀ 100 110 ਪੇਜਾਂ ਦੀ ਉਹੀ ਗਲਤੀ ਅੰਗਰੇਜ਼ੀ ਚ ਘੱਟ ਤੇ ਜਿੰਨੇ ਪੰਜਾਬੀ ਤੋਂ ਦੇ ਬੰਦ ਉਹਨਾਂ ਦੀ 110 103 ਜਿੰਨੇ ਵੀ ਪੇਜ ਨੇ ਉਹਨਾਂ ਦੀ ਜੇ ਪੰਜਾਬੀ ਚ ਟ੍ਰਾਂਸਲੇਸ਼ਨ ਹੀ ਗਲਤ ਆ ਤੇ ਫੇਰ ਇਹ ਕੰਮ ਕੀ ਰਹੇ ਨੇ ਇੱਕ ਕਿਲਾ ਪ੍ਰਸ਼ਾਸਨ ਦੇ ਰਹਿਣੇ ਕਹਿੰਦੇ ਨਾ ਵੀ ਪ੍ਰਸ਼ਾਸਨ ਚੰਗਾ ਹੋਊ ਵਿਕਾਸ ਹੋਊ ਉਹ ਭਾਈ ਵਿਕਾਸ ਤਾਂ ਉਹ ਜੇ ਲਿਖਿਆ ਠੀਕ ਹੋ ਤੁਸੀਂ ਸੜਕ ਦੇ ਉੱਤੇ ਬੋਰਡ ਲਾਤਾ ਗਲਤ ਸੜਕ ਜਾਂਦੀ ਆ ਅਮਰਸਰ ਨੂੰ ਤੁਸੀਂ ਲਿਖਤਾ ਦਿੱਲੀ ਨੂੰ ਜਾਂਦੀ ਆ ਐ ਰੋ ਉਧਰ ਨੂੰ ਲਾਤਾ ਫਿਰ ਕਹੀ ਜਾਓ ਜੀ ਰਸਤਾ ਉਹਨੇ ਕੋ ਡੂ ਬੰਦਾ ਤੁਸੀਂ ਵਿਕਾਸ ਦੀ ਡੈਫੀਨੇਸ਼ਨ ਕੀ ਆ ਵਿਕਾਸ ਦੀ ਡੈਫੀਨੇਸ਼ਨ ਇਹੀ ਆ ਕਿ ਸਾਰੇ ਲੋਕ ਖੁਸ਼ਹਾਲ ਹੋਣ ਵੱਧ ਤੋਂ ਵੱਧ ਖੁਸ਼ਹਾਲ ਹੋਣ ਵੱਧ ਤੋਂ ਵੱਧ ਰੋਜ਼ਗਾਰ ਮਿਲੇ ਪੋਜ਼ਿਟਿਵ ਗੱਲ ਹੋਵੇ ਹਾਂ ਪੱਕੀ ਗੱਲ ਹੋਵੇ ਮਾਹੌਲ ਸਾਜਗਰ ਰਹੇ ਨਾਇ ਮਹਾਲ ਸਾਜ਼ਗਰ ਰੱਖ ਰਹੇ ਨੇ ਇਹ ਕਹਿੰਦੇ ਜੀ ਇੱਥੇ ਤਾਂ ਡਰੋਨ ਆ ਗਏ ਇੱਥੇ ਤਾਂ ਆ ਗਿਆ ਇੱਥੇ ਤਾਂ ਆ ਗਿਆ ਇਹ ਮੈਨੇ ਦੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਹਿ ਰਹੇ ਤੁਸੀਂ ਅਸ਼ਾਂਤੀ ਫੈਲਾਉਣੀਓ ਇਹੀ ਮੋਦੀ ਸਾਹਿਬ ਕਹਿੰਦੇ ਨੇ ਇਹੀ ਇਹੀ ਕਹਿੰਦੇ ਨੇ ਵੀ ਤੁਸੀਂ ਤਾਂ ਸ਼ਾਂਤੀ ਫੈਲਾਉਣੀਓ ਇਹੀ ਖੱਟੜ ਸਾਹਿਬ ਕਹਿੰਦੇ ਨੇ ਅੱਛਾ ਕੈਪਟਨ ਸਾਹਿਬ ਉਤੋਂ ਵੀ ਨਹੀਂ ਸਿੱਖ ਰਹੇ ਵੀ ਖੱਟੜ ਸਾਹਿਬ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਪੈਨਾ ਡੇ ਰਹੇ ਹੁਣ ਕਾਥ ਸਮਝ ਤੱਕ ਰਹੇ ਨਾ ਸੋ ਸਾਨੂੰ ਇਹ ਗੱਲ ਬਹੁਤ ਗੰਭੀਰਤਾ ਨਾਲ ਕਿਸਾਨੀ ਜਥੇਬੰਦੀਆਂ ਨੂੰ ਵੀ ਕਿ ਇਹਨਾਂ ਨੂੰ ਆਪਣਾ ਜਿਹੜੇ ਹੈਗੇ ਨੇ ਪਾਰਟੀਆਂ ਬਾਕੀ ਬਾਕਪਾਰਟੀਆਂ ਇਹਨਾਂ ਨੂੰ ਵੀ ਸੀਰੀਅਸਲੀ ਸੋਚਣੀ ਪੈਗੀ ਜੇ ਤਾਂ ਪਾਰਟੀਆਂ ਮਿਹਨੇ ਦਿਨ ਚ ਪੈਣਗੀਆਂ ਸਿਰ ਪੰਨਨ ਚ ਪੈਣਗੀਆਂ ਤਾਂ ਪਾਰਟੀ ਗਲਤ ਫਿਰ ਕਿਸਾਨ ਉਹੀ ਕੁਝ ਕਰਨਗੇ ਜੋ ਹਲਿਆਣੇ ਚ ਹੋਇਆ ਪਰ ਜੇ ਕਿਸਾਨ ਜਦੋਂ ਉਹਨਾਂ ਦਾ ਡਿਕਲੇਅਰਡ ਐ ਮੈਂ ਵੀ ਅਸੀਂ ਕਦੇ ਭਾਪੀ ਸਾਨੂੰ ਵਿਰੋਧ ਕਰਦੀਆ ਬਾਕੀ ਪਾਰਟੀਆਂ ਨੇ ਇਹਨਾਂ ਦੇ ਕਾਨੂੰਨਾਂ ਦਾ ਵਿਰੋਧ ਤਾਂ ਕਰਿਆ ਨਹੀਂ ਪਹਿਲਾਂ ਜਸਟੀਫਾਈ ਕਰਦਾ ਸੀ ਕਦੀ ਦਲ ਪਰ ਫਿਰ ਉਹਨੇ ਆਪਣਾ ਰਿਜਾਈਨ ਵੀ ਕਰਿਆ ਉਹਨੇ ਆਪਣਾ ਨਾਤਾ ਵੀ ਤੋੜਿਆ ਅੰਦਰੋਂ ਤਾਂ ਲੋਕ ਕਹਿੰਦੇ ਅਜੇ ਵੀ ਲੜਾਈ ਹੋਏ ਨੇ ਅੰਦਰੋਂ ਤਾਂ ਲੋਕ ਇਹ ਵੀ ਕਹੀ ਜਾਂਦੇ ਵੀ ਕੈਪਟਨ ਤੇ ਬਾਦਲ ਸਾਹਿਬ ਵੀ ਲੜੇ ਹੋਏ ਨੇ ਚਲੋ ਉਹ ਤਾਂ ਲੋਕਾਂ ਦਾ ਕਹਿਣ ਦੀਆਂ ਗੱਲਾਂ ਨੇ ਇਹ ਤਾਂ ਦੰਦ ਕਥਾ ਹੁੰਦੀਆਂ ਨੇ ਪਰ ਸਵਾਲ ਇਹ ਹੈ ਵੀ ਜੇ ਉਹ ਤਾਂ ਵਿਰੋਧ ਤਾਂ ਬਿਨਾਂ ਦੀ ਤਾਂ ਨਾ ਤਾਂ ਅਕਾਲੀ ਦਲ ਨੇ ਵਿਰੋਧ ਕਰੀਏ ਬਿਲਾਂ ਦੇ ਮਤਲਬ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਨਾ ਇਹ ਨੇ ਆਪਾਂ ਲੈਣੇ ਕਰੀਏ ਨਾ ਕਾਂਗਰਸ ਨੇ ਕਰੀਏ ਸੋ ਜੇ ਨਾ ਕਾਂਗਰਸ ਦੇ ਗੁੱਟਾਂ ਨੇ ਆਪਾਂ ਲੈਣ ਦੇ ਗੁੱਟਾਂ ਨੇ ਅਕਾਲੀ ਦਲ ਦੇ ਗੁੱਟਾਂ ਨੇ ਕਿਉਂਕਿ ਗੁੱਟ ਵੀ ਇਹਨਾਂ ਚ ਸਾਰੇ ਨੇ ਇਹ ਤਾਂ ਸਭ ਨੂੰ ਹੁਣ ਸਭ ਜੱਗਰ ਹੈ ਨਾ ਜਿਹੜੀ ਇਹਨਾਂ ਦੀ ਅੰਦਰੂਨੀ ਲੜਾਈ ਹੈ ਇਹ ਬਾਰੀ ਲੜਾਈ ਆ ਇਹ ਪੰਜਾਬ ਨੂੰ ਤਬਾਹ ਕਹੀ ਗਿਆ ਸੱਚ ਇਹਦੇ ਤੋਂ ਤਾਂ ਧਿਆਨੀ ਡੇ ਰਹੇ ਬਿਠੋੜੀ ਅੰਦਰਲੀ ਲੜਾਈ ਇੰਨੀ ਤੇਜ ਆ ਤੁਹਾਡੀ ਬਾਹਰਲੀ ਲੜਾਈ ਇੱਕ ਦੂਜੇ ਦੇ ਤੁਸੀਂ ਦੋਸ਼ਾ ਰੋਪਣ ਕਰਕੇ ਵਿਕਾਸ ਤਾਂ ਤੁਸੀਂ ਰੋਕ ਰਹੇ ਹੋ ਵਿਕਾਸ ਤੁਸੀਂ ਕਰਨਾ ਸੀ ਤੁਸੀਂ ਰੋਕ ਰਹੇ ਹੋ ਤੁਸੀਂ ਵਾਰੀ ਵਾਰੀ ਤਾਕਤ ਚਾਉਂਦੇ ਹੋ ਉੱਤਰ ਕਾਟੋ ਮੈਂ ਚੜਾਂ ਲਈ ਤੁਹਾਡੀ ਗੱਲ ਹੈ ਤੁਸੀਂ ਦੱਸ ਦੋ ਵੀ ਵਿਕਾਸ ਕਿੰਨਾ ਕਰਿਆ ਇੱਕ ਇੱਕ ਗੱਲ ਦੇ ਉੱਤੇ ਜਵਾਬ ਦੇ ਦੇਣ ਲੋਕਾਂ ਨੂੰ ਜਾ ਕੇ ਆਪੇ ਵਿਕਾਸ ਹੋ ਜਾਊਗਾ ਕੱਲਾ ਜਵਾਬ ਦੇਣਾ ਹੀ ਸਿੱਖ ਲੈਣਾ ਮੈਂ ਕਹਿੰਦਾ ਕੰਮ ਕੁਛ ਨਾ ਕਰਨ ਜਦ ਜਵਾਬ ਦੇਣਗੇ ਕਿ ਕਿਤੇ ਨਾ ਕਿਤੇ ਤਾਂ ਕੰਮ ਹੋ ਬਿਰੋਕਰੇਸੀ ਨੂੰ ਕੰਮ ਹੋਣਗੇ ਵੀ ਯਾਰ ਹੁਣ ਸਾਡੇ ਸਿਆਸਦਾਨ ਨੂੰ ਪਤਾ ਲੱਗ ਗਿਆ ਹੁਣ ਆਪਾਂ ਹੈ ਗੱਤ ਨਹੀਂ ਕਰ ਸਕਦੇ ਅਸੀਂ ਥੁੱਕੀ ਬੜੇ ਨਹੀਂ ਉਹਨਾਂ ਨੂੰ ਪ੍ਰਕਾ ਸਕਦੇ ਸੋ ਜਦ ਇਹਨਾਂ ਨੂੰ ਨਾ ਇਹਨਾਂ ਨੂੰ ਪਤਾ ਇਹ ਗੱਲਾਂ ਮਾਰਦੇ ਉਹ ਉੱਥੇ ਆਏ ਆ ਜੀ ਇੱਕ ਸਾਡੇ ਮੈਡਾਸਟ ਗਰ ਕਹਿਣਾ ਕਿਉਂਕਿ ਆਪਣਾ ਟਾਈਮ ਵੀ ਖਤਮ ਹੋ ਰਿਹਾ ਸਾਡੇ ਕੋਲ ਨਾ ਇੱਕ ਮੈਡੀਕਲ ਰੈਪਰ ਹੁੰਦੇ ਹੁੰਦੇ ਨੇ ਉਹਨਾਂ ਨੂੰ ਕੰਪਨੀ ਨਾ ਤੋਤਾ ਰਟਨ ਕਰਾ ਕੇ ਤੇ ਜੰਦੀ ਆ ਵੀ ਆਏ ਬੋਲਣ ਆ ਉਹ ਦਵਾਈ ਦੇ ਉੱਤੇ ਬੋਲ ਦਿੰਦਾ ਜਿਹੜਾ ਨਵਾਂ ਡਾਕਟਰ ਹੁੰਦੇ ਨੇ ਉਹ ਕਈ ਵਾਰੀ ਉਹ ਸੁਣ ਛਣ ਲੈਂਦੇ ਨੇ ਉਹਨਾਂ ਨੂੰ ਤਾਂ ਪਤਾ ਕਿਉਂਕਿ ਉਹਨਾਂ ਨੂੰ ਅਸੀਂ ਪੜਾਉਂਦੇ ਹੋਰ ਤਰ੍ਹਾਂ ਦਵਾਈਆਂ ਜਿਹੜੀਆਂ ਇਹ ਜਿਵੇਂ ਅੱਜ ਜਨਰਿਕ ਤੇ ਦੂਜਾ ਅਸੀਂ ਉਹਨਾਂ ਨੂੰ ਪੜਾਉਂਦੇ ਤਾਂ ਜਨਰਿਕਾਂ ਤੇ ਪਰ ਉਹ ਨਾਮ ਹੁੰਦੇ ਨੇ ਪ੍ਰੋਪਰਟਰੀ ਟ੍ਰੇਡ ਨੇਮ ਹੁੰਦੇ ਨੇ ਇਸ ਕਰਕੇ ਵਸੋਂ ਲੈਂਦੇ ਨੇ ਜਿਹੜਾ ਕੋਈ ਮੜ ਜਾ ਘਾਗ ਚੱਕਰ ਜਾਂਦਾ ਹੈ ਉੱਥੇ ਬੰਦਾ ਭੱਜ ਜਾਂਦਾ ਫਟਾਫਟ ਕਿਉਂਕਿ ਉਹਨਾਂ ਦਾ ਰੱਟਾ ਲਗਾਇਆ ਹੋਇਆ ਹੈ ਉਹਨੂੰ ਪਤਾ ਹੀ ਨਹੀਂ ਅੰਦਰ ਕੀ ਆ ਨਹੀਂ ਕਿ ਦਵਾਈ ਬਹੁਤ ਚੰਗੀ ਹੈ ਜੀ ਫਲਾਣਾ ਕੀ ਐ ਕਰਦੀ ਹੈ ਜੀ ਐ ਕਰਦੀ ਹੈ ਇਹ ਫਲਾਣੀ ਬਿਮਾਰੀ ਵੀ ਠੀਕ ਕਰਦੀ ਹੈ ਉਹਨੂੰ ਰੱਟਾ ਲਗਾਇਆ ਹੁੰਦਾ ਉਹ ਬੋਲ ਦਿੰਦਾ ਰੱਟਾ ਲਵਾ ਨਾਲ ਗਿਆਨ ਨਹੀਂ ਵੱਧਦਾ ਬੰਦੇ ਦਾ ਤੋ ਇਹ ਵੀ ਜਿਹੜਾ ਕੁਝ ਕਹਿੰਦੇ ਨੇ ਇਹ ਦੱਸਣ ਇਹਨਾਂ ਨੇ ਆਪਦੇ ਐਮਐਲਆ ਨੂੰ ਕਿੰਨਾ ਕੁ ਟ੍ਰੇਨਡ ਕਰਿਆ ਹੈ ਇਹਨਾਂ ਨੇ ਆਪਦੇ ਸਕੂਲਾਂ ਦੀ ਹਾਲਤ ਕਿੰਨੀ ਕੁ ਸੁਧਾਰੀ ਹੈ ਜਿਹੜੇ ਝੂਠੀਆਂ ਡਿਗਰੀਆਂ ਨਾਲ ਬੈਠੇ ਨੇ ਇਹ ਕਹਿੰਦੇ ਨੇ ਅਸ਼ਾਂਤੀ ਕਿਵੇਂ ਫੈਲਦੀ ਹੈ ਝੂਠੀ ਡਿਗਰੀ ਆ ਕੇ ਬਹਿ ਗਿਆ ਬੰਦਾ ਬਾਹਰ ਬੈਠਾ ਹੈ ਤਨਖਾਹ ਉਰੋਂ ਲਈ ਜਾ ਰਿਹਾ ਹੈ ਕਰੋੜਾਂ ਰੁਪਇਆ ਕਢਾ ਕੇ ਖਾ ਗਿਆ ਕੋਈ ਇਹਦੇ ਨਾਲ ਅਸ਼ਾਂਤੀ ਫੈਲ ਰਹੀ ਹੈ ਜਾਂ ਜੇ ਕਿਸਾਨ ਕਹਿੰਦੇ ਨੇ ਉੱਥੇ ਬੈਠੇ ਨੇ ਆਪਣੇ ਟਾਲ ਪ੍ਰਧਾਨਾਂ ਤੇ ਉਹਦੇ ਨਾਲ ਸ਼ਾਂਤੀ ਫੈਲਦੀ ਹੈ ਦੱਸ ਦੇ ਨਾ ਸੋ ਅਸ਼ਾਂਤੀ ਫਲਾਉਣ ਦਾ ਕੰਮ ਕਿਸਾਨ ਨਹੀਂ ਕਰ ਰਹੇ ਅਸ਼ਾਂਤੀ ਫਲਾਉਣ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਸਰਕਾਰ ਚ ਨਹੀਂ ਕਿਉਂਕਿ ਸਰਕਾਰ ਨੇ ਕਿਸੇ ਵੀ ਪਾਸੇ ਜਿਹੜੇ ਵਾਅਦੇ ਕਰੇ ਸੀ ਹਾਲਾਂਕਿ ਮੁੱਦੇ ਤਾਂ ਨੇ ਠਾਈ ਨਹੀਂ ਵਾਅਦੇ ਵੀ ਕਰੇ ਸੀ ਉਹਨਾਂ ਚੋਂ ਗੋਲੇ ਚੋਂ ਪੂਣੀ ਵੀ ਨਹੀਂ ਕੀਤੀ ਤੇ ਹੁਣ ਕਹਿੰਦੇ ਅਸੀਂ ਸਾਰਾ ਕੁਝ ਕਰ ਲਿਆ ਜੇ ਸਾਰਾ ਕੁਝ ਕਰ ਰਿਹਾ ਤਾਂ ਕੈਪਟਨ ਸਾਹਿਬ ਦੱਸ ਦੇਣ ਕਾਂਗਰਸ ਸਰਕਾਰ ਨੇ ਕੈਪਟਨ ਸਾਹਿਬ ਨੂੰ ਕੱਢਿਆ ਨੂੰ ਨਹੀਂ ਕਹਾਂਗਾ ਕਾਂਗਰਸ ਪਾਰਟੀ ਦੱਸਦੇ ਵੀ ਕਿ ਭਾਈ ਅਸੀਂ ਆਹ ਕਰਿਆ ਐਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ ਇਹ ਦੱਸਦੇ ਨੇ ਵੀ ਐਨੇ ਲੋਕਾਂ ਦੇ ਜੀ ਕਾਰਖਾਨਿਆਂ ਚ ਰੋਜ਼ਗਾਰ ਮਿਲ ਗਿਆ ਐਨੇ ਲੋਕ ਰੇੜੀਆਂ ਲਾਉਣ ਲੱਗੇ ਮੈਂ ਤਾਂ ਕਹਿੰਦਾ ਇਹ ਦੱਸਦੇ ਨੇ ਐਨੇ ਲੋਕਾਂ ਨੂੰ ਅਸੀਂ ਮਦਰੀਗਾ ਚ ਰੋਜ਼ਗਾਰ ਦੇਤਾ 2016 17 ਦੀ ਸਿੱਤੀ ਕੱਢ ਲੈਣ 2001 22 ਦੀ ਕੱਢ ਦੇਣ ਵੀ ਪਹਿਲਾਂ ਐਨੇ ਸੀਗੇ ਹੁਣ ਐਨੇ ਹੋ ਗਏ ਆ ਦੇਖ ਲਓ ਅਸੀਂ ਐਨੇ ਰੋਜ਼ਗਾਰ ਦਿੱਤੇ ਜਿਹੇ 10 ਲੱਖ 56 ਲੱਖ ਰੋਜ਼ਗਾਰ ਦਾ ਵਾਅਦਾ ਕਰਿਆ ਸੀ ਘਰ ਘਰ ਕਹਿ ਕੇ ਇਹਨਾਂ ਨੇ ਜੇ 10 ਲੱਖ ਰੋਜ਼ਗਾਰ ਇਹਨਾਂ ਨੇ ਦੇ ਦਿੱਤਾ ਹੋਵੇ ਮੈਂ ਮੰਨਾਂਗਾ ਵੀ ਬਹੁਤ ਵਿਕਾਸ ਕਰਤਾ ਪੰਜਾਬ ਚ ਪਰ ਗਨਾਹ ਇਹਨੀਆਂ ਵੀ ਆ 10 ਲੱਖ ਆਦਿ ਲੋਜੀ ਆਸੀਂ ਨਾ ਮਾਰਜ਼ ਕਰ ਦਿੱਤਾ ਸਰਕਾਰੀ ਨੌਕਰੀਆਂ ਦਾ ਹਾਲ ਤੁਸੀਂ ਮੰਨੋਗੇ 277000 78000 ਰੈਗੂਲਰ ਨੌਕਰੀ ਪਿਛਲੇ 10 ਸਾਲਾਂ ਤੋਂ ਚੱਲ ਰਹੀ ਹੈ 8 ਸਾਲਾਂ ਤੋਂ ਉਹ ਵਧਦੀ ਕਦੇ 2000 ਵਧ ਗਈ ਕਦੇ 2000 ਕੱਟ ਗਈ ਕਦੇ 280 ਹੋ ਗਈ ਕਦੇ 277 ਹੋ ਗਈ ਕਦੇ 279 ਹੋ ਗਈ ਇਹਨਾਂ ਦੇ ਆਪਦੇ ਡਾਕੂਮੈਂਟ ਨਹੀਂ ਇਹ ਮੈਂ ਨਹੀਂ ਕਹਿੰਦਾ ਬਜਟ ਦੇ ਵਿੱਚ ਛਪੇ ਜਿਹੜੀਆਂ ਬਜਟ ਦੀਆਂ ਕਿਤਾਬਾਂ 'ਚ ਛਿਪਦੇ ਨੇ ਜਾਤਾ ਉਹ ਗਲਤ ਨੇ ਫਿਰ ਉੱਥੇ ਅੱਖਾਂ ਵਿੱਚ ਕੇ ਛਾਪਦੇ ਨੇ ਜਿਉਂ ਸਹੀ ਨੇ ਤੇ ਫਿਰ ਫਿਰ ਇਹਦਾ ਮਤਲਬ ਇਹ ਹੈ ਨਾ ਨੌਕਰੀ ਤੋਂ ਕੋਈ ਦਿੱਤੀ ਹੋਈ ਨਹੀਂ ਰੁਜ਼ਗਾਰ ਕੋਈ ਦਿੱਤਾ ਹੀ ਨਹੀਂ ਸਰਕਾਰ 'ਚ ਇੱਦਾਂ ਹੀ ਬੋਰਡਾਂ ਕਾਰਪੋਰੇਸ਼ਨਾਂ 'ਚ 2 ਲੱਖ 1,58,000 ਤੋਂ ਇਹਨਾਂ ਦੀ ਆਪਦੀਆਂ ਰਿਪੋਰਟਾਂ ਨੇ ਵੀ 82,000 ਰਹਿ ਗਿਆ ਜੇ 82,000 ਜਾਂ 78,000 ਮੁਲਾਜ਼ਮ ਰਹਿ ਗਿਆ 1,58,000 'ਚੋਂ ਫਿਰ ਇਹ ਰੁਜ਼ਗਾਰ ਤਖੋਇਆ ਗਿਆ ਦਿੱਤਾ ਤਾਂ ਹੈ ਹੀ ਨਹੀਂ ਅਜੇ ਇਹ ਸਟੱਡੀ ਨਹੀਂ ਹੋਈ ਵੀ ਜਿਹੜੇ ਇਹਨਾਂ ਨੇ ਉੱਚੇ-ਉੱਚੇ ਪੁਲ ਬਣਾਤੇ ਜਿਹਨੂੰ ਵਿਕਾਸ ਕਹਿੰਦੇ ਨੇ ਉਹਦੇ ਥੱਲੇ ਜਿਹੜੀਆਂ ਦੁਕਾਨਾਂ ਆ ਗਈਆਂ ਉਹ ਕਿੰਨੀਆਂ ਦੁਕਾਨਾਂ ਕਿੰਨੀਆਂ ਰੇੜੀਆਂ ਵਾਲਿਆਂ ਦਾ ਰਿਕਸ਼ੇ ਵਾਲਿਆਂ ਦਾ ਰੇੜੇ ਵਾਲਿਆਂ ਦਾ ਤਾਂਗੇ ਵਾਲਿਆਂ ਦਾ ਉਹ ਲੋਕ ਗਾਰ ਕਿੰਨਾ ਰੁਕ ਗਿਆ ਕਿਉਂਕਿ ਪੁਲ ਦੇ ਉੱਤੋਂ ਨਹੀਂ ਤਾਂ ਤਾਂਗਾ ਲਗਾਉਣਾ ਰੇੜਾ ਲਗਾਉਣਾ ਉਹ ਤਾਂ ਬਹੁਤ ਹੀ ਔਖਾ ਹੋਇਆ ਪਿਆ ਥੱਲੇੋਂ ਬੰਦ ਕਰਤਾ ਸਾਰਾ ਰਸਤਾ ਤੇ ਜਿਹੜੇ ਪੁਲ ਦੇ ਥੱਲੇ ਦੁਕਾਨਾਂ ਆ ਗਈਆਂ ਉਹਨਾਂ ਦਾ ਵੈਸੇ ਬਿਜ਼ਨਸ ਅੱਧਾ ਹੋ ਗਿਆ ਅਜਿਹਾ ਕਹਿੰਦਾ ਆਪਾਂ ਉੱਧਰ ਘਾਦੇ ਵਾਦਿਆ ਨਾ ਚੱਲ ਬੋਲੋ ਵੀ ਲੈਣੋ ਸੋ ਇਹ ਇਸ ਕਰਕੇ ਇਹ ਰੁਜ਼ਗਾਰ ਦੇਣ ਦੀ بجائے ਜੋ ਕੁਝ ਇਹਨਾਂ ਨੇ ਕਿਹਾ ਪ੍ਰੈਕਟੀਕਲੀ ਇਹਨਾਂ ਨੇ ਰੁਜ਼ਗਾਰ ਖੋਇਆ ਹਾਂ ਇੱਕ ਗੱਲ ਬਹੁਤ ਪੋਜ਼ਿਟਿਵ ਕਰੀਆ ਕਹਿ ਕੇ ਉਹ ਵੀ ਪ੍ਰੈਕਟੀਕਲੀ ਨਹੀਂ ਕਰੀ ਕਹਿ ਕੇ ਕੇ ਜੀ ਜਾਓ ਬਾਹਰ ਭੱਜ ਜਾਓ ਅਸੀਂ ਤੁਹਾਨੂੰ ਹਾਈਲਾਈਟ ਵੀ ਕਰਾ ਦਾਂਗੇ ਅਸੀਂ ਫਲਾਣਾ ਕਰਾ ਦਾਂਗੇ ਇਹ ਜ਼ਰੂਰ ਕਿਹਾ ਵੀ ਉਹਨੂੰ ਨਿਕਲ ਜਾ ਤੁਸੀਂ ਉਰੇ ਨਾ ਰਹੋ ਸਾਡੇ ਕੋਲ ਕੋਈ ਰੁਜ਼ਗਾਰ ਨਹੀਂ ਇਹ ਜ਼ਰੂਰ ਕਰਿਆ ਬਿਲਕੁਲ ਬਿਲਕੁਲ ਜੀ ਸ਼ੁਕਰੀਆ ਡਾਕਟਰ ਸੱਤਨਾ ਵਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੋ ਮੇਰੇ ਨਾਲ ਮੌਜੂਦ ਸਨ ਉਹ ਕਿ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਇੱਕ ਮੁੱਦਾ ਜਿਹੜਾ ਫਰਦ ਨੂੰ ਲੈ ਕੇ ਸੀਗਾ ਕਿਸਾਨਾਂ ਦੇ ਡਿਜੀਟਲ ਖੇਤੀ ਨੂੰ ਲੈ ਕੇ ਉਹਦੇ ਉੱਤੇ ਅਸੀਂ ਅਗਲੀ ਵਾਰ ਚਰਚਾ ਕਰਾਂਗੇ ਕਿਉਂਕਿ ਸਮਾਂ ਸੀਮਤ ਹੁੰਦਾ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲ ਜਾ ਸਕਿਓ ਤਬਾ